ਹਾਂਜੀ ਦੋਸਤੋ ਤੁਹਾਡੇ ਕਲਾਸ 12ਵੀਂ ਦਾ ਹੈਗਾ ਵਾ ਜਰਨਲ ਇੰਗਲਿਸ਼ ਦਾ ਪੇਪਰ ਕੱਲ ਯਾਨੀ ਕਿ 24 ਮਾਰਚ ਨੂੰ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਪਿਛਲੇ ਸਾਲ ਦਾ ਪੇਪਰ ਸੋਲਵ ਕਰ ਰਹੇ ਹਾਂ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਪਿਛਲੇ ਸਾਲ ਯਾਨੀ ਕਿ 2017 ਦਾ ਇੱਕ ਕੁਐਸਚਨ ਪੇਪਰ ਸੋਲਵ ਕਰਾ ਦੂੰਗਾ ਪੂਰਾ ਠੀਕ ਹੈ ਤੇ ਦੋਸਤੋ ਇਹਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਉੱਤਰ ਹੈਗੇ ਆ ਕਿਉਂਕਿ ਦੋਸਤੋ ਇਹ ਬੋਰਡ ਦੇ ਇਗਜ਼ਾਮ ਦੇ ਵਿੱਚ ਪੇਪਰ ਆਇਆ ਹੋਇਆ ਵਾ ਤਾਂ ਰਿਪੀਟ ਹੀ ਹੁੰਦੇ ਆ ਹਰ ਵਾਰੀ ਕੁਐਸਚਨ ਠੀਕ ਹੈ ਜੀ ਜਿਹੜੇ ਬਾਰ-ਬਾਰ ਆਉਂਦੇ ਆ ਠੀਕ ਹੈ ਜੀ ਉਹੀ ਬਾਰ-ਬਾਰ ਆਉਂਦੇ ਆ ਇਗਜ਼ਾਮ ਦੇ ਵਿੱਚ ਬੋਰਡ ਦੇ ਇਗਜ਼ਾਮ ਦੇ ਵਿੱਚ ਠੀਕ ਹੈ ਤਾਂ ਮੈਂ ਠੀਕ ਹੈ ਜੀ ਤੇ 2023 ਦਾ ਇੱਕ ਜਿਹੜਾ ਪੇਪਰ ਆਇਆ ਹੋਇਆ ਸੀਗਾ ਉਹ ਵੀ ਮੈਂ ਸੋਲਵ ਕਰਾ ਚੁੱਕਿਆ ਹਾਂ ਇਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ ਬ ਤੁਸੀਂ ਉਹਨਾਂ ਨੂੰ ਵੀ ਦੇਖ ਲਓ ਉਹਦੇ ਵਿੱਚ ਵੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਉੱਤਰ ਹੈਗੇ ਆ ਤੇ ਬਾਕੀ ਦੋਸਤੋ ਇੱਕ ਮੈਂ ਤੈਂ ਤਾਂ 12ਵੀਂ ਕਲਾਸ ਦਾ ਦੋਸਤੋ ਸ਼ਾਂਤੀ ਕੈਸ ਪੇਪਰ ਵੀ ਕਰਵਾ ਚੁੱਕਿਆ ਵਾ ਇੰਗਲਿਸ਼ ਦਾ ਠੀਕ ਹੈ ਜੀ ਫੁੱਲ ਐਕਸਪਲੇਨੇਸ਼ਨ ਯਾਨੀ ਕਿ 7 ਘੰਟੇ ਦੀ ਉਹ ਵੀਡੀਓ ਵਾ ਪੂਰੀ ਵਧੀਆ ਤੁਹਾਨੂੰ ਸਮਝਾਇਆ ਹੋਇਆ ਪੰਜਾਬੀ ਦੇ ਵਿੱਚ ਵੀ ਠੀਕ ਹੈ ਜੀ ਪੂਰੀ ਐਕਸਪਲੇਨੇਸ਼ਨ ਵਧੀਆ ਨਾਲ ਸਮਝਾਈ ਹੋਈ ਆ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਣਾ ਤੁਸੀਂ ਜਾ ਕੇ ਉਸ ਨੂੰ ਦੇਖ ਸਕਦੇ ਹੋ ਤਾਂ ਦੋਸਤੋ ਹੁਣ ਚਲੋ ਸ਼ੁਰੂ ਕਰਦੇ ਹਾਂ ਤਾਂ ਇੱਕ ਹੋਰ ਇੰਪੋਰਟੈਂਟ ਗੱਲ ਇਹ ਪੁਰਾਣਾ ਪੇਪਰ ਆ ਨਾ ਪਿਛਲੇ ਸਾਲਾਂ ਦਾ ਤਾਂ ਦੋਸਤੋ ਇਸ ਲਈ ਇਹ 65 ਦਾ ਵਾ ਪਰ ਦੋਸਤੋ ਤੁਹਾਡੇ ਨਿਊ 2023 ਦੇ ਵਿੱਚ ਇਹ 80 ਨੰਬਰ ਦਾ ਪੇਪ नहीं होता दोस्तों दोस्तों सब तो पहला पार्ट ए का पहला प्रश्न की है दोस्तों हाउ डिड फिलिप कम टू नोन कम टू बी नोन इन द मार्च किंग ठीक है फिलिप नू मार्च किंग वजो जाने गया ठीक है तो दोस्तों इधर आंसर देख लिने आ देखो दोस्तों आही आंसर अपना ही बिकम फेमस एज द लीडर ऑफ मराइन बैंड एंड बाय कंपोजिंग द वोशिंगटन पोस्ट मार्च ठीक है जी उस जो है मराइन बैंड नेता वजो अ वोशिंगटन पोस्ट की वोशिंगटन पोस्ट मार्च की रचना करके जोड़ा है मशहूर होया इस दा आंसर यह आ जाएगा एक और तो एक होर दोस्तों गल अगर थोड़ा यही क्वेश्चन आ जाए हाउ डिड फिलिप कम टू नोन एज ठीक है जी एज आ जाए तो फिर इसका आंसर दोस्तों द मार्च किंग बनेगा ठीक है जी बस तुम तो इसका आंसर फिर जो है मार्च किंग लिखोगे द मार्च किंग अगला दोस्तों दूसरा प्रश्न की है वट वर द ओवल्स डिकसिंग दोस्तों आ क्वेश्चन कट दो क्योंकि दोस्तों हाँ पिछले ऑन गिविंग एडवाइस वाला जो चैप्टर आ दो हज़ार तेई नहीं होगा उन्होंने कट करा दता वा ठीक है जी यह कोश्चन जरा कट दो तीसरा प्रश्न दोस्तों हू वाज़ एनी मैनस सुलेवान सुलेवन इन दोरी ऑफ माई लाइफ ठीक है जी आह जिमें तुम्हें पता ही एक चैप्टर आीक है जी कि द स्टोरी ऑफ माई लाइफ ठीक है जी त ਇਹ ਮੇਰੀ ਜ਼ਿੰਦਗੀ ਦੀ ਕਹਾਣੀਆਂ ਮਤਲਬ ਇਹਦਾ ਇਹਦੇ ਵਿੱਚ ਦੋਸਤੋ ਜਿਹੜੀ ਆਪਣੀ ਐਨੀ ਸੂਲੇਵਾਨ ਜਿਹੜੀ ਐਨੀ ਮੈਂਸਫੀਲਡ ਸੂਲੇਵਾਨਾ ਹੋ ਕੋਣ ਆ ਠੀਕ ਹੈ ਜੀ ਤਾਂ ਦੋਸਤੋ ਦੇਖੋ ਆਨਸਰ ਇਜ਼ ਦਾ ਹਾਂਜੀ ਐਨੀ ਮੈਂਸਫੀਲਡ ਸੂਲੇਵਾਨ ਕੌਣ ਸੀ ਤਾਂ ਦੋਸਤੋ ਐਨੀ ਮੈਂਸਫੀਲਡ ਸੂਲੇਵਾਨ ਵਾਸ ਹੈਲਨ ਕੈਲਰਸ ਟੀਚਰ ਠੀਕ ਹੈ ਜੀ ਐਨੀ ਮੈਂਸਫੀਲਡ ਸੂਲੇਵਾਨ ਹੈਲਨ ਕੈਲਰ ਦੀ ਅਧਿਆਪਕਾ ਸੀ ਠੀਕ ਹੈ ਜੀ ਤੇ ਦੂਸਰਾ ਆਪਣਾ ਦੋਸਤੋ ਹੁਣ ਪ੍ਰਸ਼ਨ ਕੀ ਹੈ ਹੂ ਵਾਸ ਪ੍ਰੋਹਰ ਅ ਕਮੇਲੀਅਨ ਠੀਕ ਹੈ ਜੀ ਚੈਪਟਰ ਦੇ ਵਿੱਚੋਂ ਤਾਂ ਦੇਖੋ ਦੋਸਤੋ ਹੂ ਵਾਸ ਪ੍ਰੋਹਰ ਤਾਂ ਦੋਸਤੋ ਪ੍ਰੋਹਰ ਅ ਜਰਨਲ ਦਾ ਜਿਹੜਾ ਰਸੋਈਆ ਸੀ ਯਾਨੀ ਕਿ ਪ੍ਰੋਹਰ ਵਾਸ ਦਾ ਜਰਨਲ ਕੁੱਕ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਹੂ ਵਾਸ ਦ ਆਨਰ ਆਫ ਦ ਮਾਡਰਨ ਫਰੇਮ ਵਰਕਸ ਇਨ ਦ ਚੈਪਟਰ ਦ ਗੋਲਡ ਫਰੇਮ ਠੀਕ ਹੈ ਜੀ ਯਾਨੀ ਕਿ ਦੋਸਤੋ ਆਪਣਾ ਇਹਦੇ ਵਿੱਚ ਇਹ ਪੁੱਛਿਆ ਵਾ ਕਿ ਜਿਹੜੀ ਆਪਣੀ ਦੋਸਤੋ ਆ ਕਹਾਣੀ ਨਹੀਂ ਸੀ ਸੌਰੀ ਦ ਮਾਡਰਨ ਫਰੇਮ ਵਰਕਸ है अपना चैप्ट ठीक है तो जी यानी कि द गोल्ड फ्रेम जैप्टा ठीक है जी तो गोल्ड फ्रेम के अध्याय में द मॉडर्न फ्रेम वर्कस का मालिक कौन सी जी ऑनर पूछा होते दोस्तों दोस्तों चलो देखते हैं आ देखो दोस्तों आह आंसर इस है द ऑनर ऑफ द मॉडर्न फ्रेम वर्कस वॉज मिस्टर दत्ता यानी कि द मॉडर्न फ्रेम वर्कस का मालिक श्रीमान दत्ता ठीक है जी ਅਗਲਾ ਦੋਸਤੋ ਪ੍ਰਸ਼ਨ ਕੀ ਹੈ ਆਪਣਾ ਵਟ ਵਰ ਹਾਂਜੀ ਵਟ ਵਰ ਦਾ ਡੈਸੀਨੇਸ਼ਨ ਆਫ ਕਰਮ ਸਿੰਘ ਐਂਡ ਮਾਨ ਸਿੰਘ ਇਨ ਦਾ ਆਰਮੀ ਫੌਜ ਵਿੱਚ ਦੋਸਤੋ ਕਰਮ ਸਿੰਘ ਅਤੇ ਮਾਨ ਸਿੰਘ ਦੇ ਅਹੁਦੇ ਕੀ ਸਨ ਠੀਕ ਹੈ ਜੀ ਤਾਂ ਦੇਖੋ ਆਨਸਰ ਇਸ ਦਾ ਹਾਂਜੀ ਤਾਂ ਕਰਮ ਸਿੰਘ ਵਾਜ਼ਾ ਹਵਲਦਾਰ ਐਂਡ ਮਾਨ ਸਿੰਘ ਵਾਜ਼ਾ ਨਾਇਕ ਇਨ ਦਾ ਆਰਮੀ ਯਾਨੀ ਕਿ ਕਰਮ ਸਿੰਘ ਫੌਜ ਵਿੱਚ ਹਵਲਦਾਰ ਸੀ ਤੇ ਮਾਨ ਸਿੰਘ ਨਾਇਕ ਸੀਗਾ अगे है दोस्तों फिलिंग द बलैक्स विद सुटेबल डिटर्मीनल ठीक है जी शी डिड नॉट सेंड मी डैश रिप्लाई ठीक है यानी कि दोस्तो मेनू नहीं भेजा डैश जवाब तो यद आंसर दोस्तों की आ जाएगा तो यह है शी डुड नॉट ए सेंड मी एनी रिप्लाई ठीक है जी तो इतने दोस्तों जो है वा एनी आ जाएगा ठीक है जी यानी कि मैनु नहीं भेजा uh, ठीक है जी एनी रिप्लाई ठीक है जी तो इस तरह आंसर तुम इस तरह लिख देना अगला दोस्तों प्रश्न की है चूज द करेक्ट पैसिव वॉयस ऑफ द फॉलोइंग सेंटेंस फ्रॉम द जड़ा है गिवन बैलो ठीक है जी यानी कि एस्तो हम देखो सब तो डज ही नो यू ठीक है जी की तो जाता है तो यद आंसर आ जाएगा दोस्तों यह भी असं लभ्या होया है आ देखो दोस्तों आई है ना डज़ ही नो यू तो यदा आ जाएगा दोस्तों आर यू नो टू हिम ठीक है जी आर यू नो टू ਇਮੋ ਯਾਨੀ ਕਿ ਸੀ ਆਪਸ਼ਨ ਬਿਲਕੁਲ ਕਰੈਕਟ ਹੋਏਗਾ ਕਿ ਤੁਸੀਂ ਉਸ ਨੂੰ ਜਾਣਦੇ ਹੋ ਠੀਕ ਹੈ ਜੀ ਤੇ ਹੁਣ ਦੋਸਤੋ ਪਾਰਟ ਬੀ ਹੈ ਰੀਡਿੰਗ ਦਾ ਪੈਸੇਜ ਠੀਕ ਹੈ ਜਹਾ ਪੈਸੇਜ ਦਿੱਤਾ ਹੋਇਆ ਵਾ ਤੁਸੀਂ ਇਸ ਨੂੰ ਰੀਡ ਕਰਕੇ ਫਿਰ ਜਿਹੜੇ ਹੈਗੇ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਤਾਂ ਦੋਸਤੋ 2 ਮਿੰਟ ਲਈ ਜਿਹੜਾ ਹੈਗਾ ਸਕਰੀਨ ਨੂੰ ਰੋਕੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਪੜ੍ਹ ਲਓ ਫਿਰ ਜਦ ਤੱਕ ਮੈਂ ਵੀ ਪੜ੍ਹ ਲੈਣਾ ਕੀ ਲਿਖਿਆ ਹੈ ਤਾਂ ਦੋਸਤੋ ਤੁਸੀਂ ਰੀਡ ਕਰ ਲਿਆ ਹੋਣਾ ਮੈਂ ਦੱਸ ਦੇਣਾ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਵਾ ਇਹਦੇ ਵਿੱਚ ਇਹੀ ਲਿਖਿਆ ਹੋਇਆ ਹੈ ਵਾ ਕਿ ਅਸੀਂ ਲਿਫਟਮੈਨ ਦੇ ਖਿਲਾਫ ਫੈਸਲੇ ਦਾ ਸਮਰਥਨ ਕਰਨ ਲਈ پابੰਦ ਤੇ ਅੱਗੇ ਲਿਖਿਆ ਇਹ ਦਿਓ ਹਾਲਾਂਕਿ ਇਹ ਸੱਚ ਹੈ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਠੀਕ ਹੈ ਜੀ ਅ ਠੀਕ ਹੈ ਕਈ ਜੋ ਸਾਨੂੰ ਦੋਸਤੋ ਕਿਰਪਾ ਕਰਕੇ ਤੇ ਕਹਿਣ ਲਈ ਮਜਬੂਰ ਕਰਦਾ ਹੈ ਕਿਸੇ ਵੀ ਕਾਨੂੰਨ ਨਾਲੋਂ ਬਹੁਤ ਪੁਰਾਣਾ ਅਤੇ ਪਵਿੱਤਰ ਸਮਾਜਿਕ ਅਭਿਆਸ ਹੈ ਜੋ ਸਾਨੂੰ ਸਿਵਲ ਹੋਣ ਦਾ ਹੁਕਮ ਦਿੰਦਾ ਹੈ ਅਤੇ ਸਭਿਕਤਾ ਦੀ ਪਹਿਲੀ ਲੋੜ ਇਹ ਹੈ ਕਿ ਸਾਨੂੰ ਸੇਵਾ ਸਵੀਕਾਰ ਕਰਨੀ ਚਾਹੀਦੀ ਹੈ ਕਿਰਪਾ ਕਰਕੇ ਤੇ ਧੰਨਵਾਦ ਉਹ ਛੋਟੀ ਜਿਹੀ ਤਬਦੀਲੀ ਹੈ ਜਿਸ ਨਾਲ ਅਸੀਂ ਸਮਾਜਿਕ ਜੀਵ ਵਜੋਂ ਆਪਣਾ ਰਾਹ ਜਿਹੜਾ ਹੈਗਾ ਵਾ ਪਧਰਾ ਕਰਦੇ ਹਾਂ ਠੀਕ ਹੈ ਜੀ ਉਹ ਛੋਟੇ ਸਿਸ਼ਟਾਚਾਰ ਹਨ ਜਿਸ ਦੁਆਰਾ ਅਸੀਂ ਜੀਵਨ ਦੀ ਮਸ਼ੀਨ ਨੂੰ ਜਿਹੜਾ ਹੈਗਾ ਦੋਸਤੋ ਤੇਲ ਨਾਲ ਠੀਕ ਹੈ ਜੀ ਆ ਦੇਖੋ ਤੇਲ ਨਾਲ ਅਤੇ ਮਿੱਠੇ ਢੰਗ ਨਾਲ ਠੀਕ ਹੈ ਜੀ ਰਨਿੰਗ ਸੁਵਿਟਲੀ ਮਿੱਠੇ ਢੰਗ ਨਾਲ ਚਲਾਉਂਦੇ ਹਾਂ ਉਹ ਸਾਡੇ ਸੰਭੋਗ ਤੇ ਪਾ ਦਿੰਦੇ ਹਨ ਦੋਸਤਾਨਾ ਸਹਿਯੋਗ ਦਾ ਆਧਾਰ ਉੱਚ ਅਧਿਕਾਰੀਆਂ ਦੇ ਆਧਾਰ ਤੇ ਦੇਣ ਦੀ ਬਜਾਏ ਆਸਾਨ ਦੇਣਾ ਤੇ ਲੈਣਾ ਕਟਿਆ ਲੋਕਾਂ ਨੂੰ ਹੁਕਮ ਦੇਣਾ ਠੀਕ ਹੈ ਜੀ ਤਾਂ ਇਹ ਲਿਖਿਆ ਹੋਇਆ ਤੇ ਦੇਖੋ ਇਹਦੇ ਵਿੱਚ ਹੁਣ ਪਹਿਲਾ ਪ੍ਰਸ਼ਨ ਕੀ ਨਿਕਲ ਕੇ ਆ ਰਿਹਾ ਵਾ ਰਾਈਟ ਦਾ ਨੇਮ ਆਫ ਦਾ इतने तो दोस्तों, दोस्तों, दोस्तों है अपना चैप्टर ठीक है जी चैप्टर एंड इट्स आउथर ठीक है जी तो इतने थोड़ा ये दिख नहीं रहा पर मैंने दिख रहा तो देखो दोस्तों आउथर जोड़े है ए जी गार्डनीयर चैप्टर जोड़ा है ओन सिंह प्लेस के लिता गया तो दोस्तों अपना पहला आंसर हो गया ठीक है जी तो दूसरा प्रश्न दोस्तों लिखा हो कि वट इज़ द फस्ट रिक्वायरमेंट ऑफ सिविलिटी ठीक है जी तो देखो आप भी लभ्या होया किटा की पहली लड़ की है तो दोस्तों आंसर है Uh, the first requirement of a civility is that we should acknowledge our service yani ki shishtata di pehli lod hai ki sanu seva kabul karni chahidi hai hanji ta dosto dekho agla prashn ki hai apna ki how do little courtesy help us yani ki sade rozana jeevan vich chotiyan nimarttaan Uh, वाला है दोस्तों, मतलब, uh, मतलब है मतलब, मतलब जड़ा है ये मतलब किड़िया ठीक है जी मतलब साढ़े जी है रोजाना जिंदगी ठीक है जी कोटासी हैल्पस मतलब मतलब येगाह छोटी निर्माता कहियाँ हैं ठीक है जी शब्द जोड़े है वो किन एंसर दोस्तों चलो देखते हैं आ देखो दोस्तों आंसर है दोस्तों की प्लीज़ एंड थैंक यू uh, सर्व एज अ लिटल कोटाइसी इन अवर डेली लाइफ प्लीज़ एंड थैंक यू साढ़े रोजाना जीवन में छोटिया निर्म हाँ जी निम्रतावाला ਕੰਮ ਹੈ ਕਰਦੀਆਂ ਨੇ ਠੀਕ ਹੈ ਜੀ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਡਸ ਐਨੀ ਲਾ ਕੰਪੈਲ ਅਸ ਟੂ ਪਲੀਜ਼ ਹਾਂਜੀ ਕੀ ਲਿਖਿਆ ਦੋਸਤੋ ਡਸ ਐਨੀ ਲਾ ਕੰਪੈਲ ਅਸ ਟੂ ਸੇ ਪਲੀਜ਼ ਯਾਨਕੀ ਕਿ ਕਿਹੜਾ ਹੈ ਜੇ ਇਹਦੇ ਵਿੱਚ ਮਤਲਬ ਇਹੀ ਆ ਦੱਸਿਆ ਹੋਇਆ ਹੈ ਦੋਸਤੋ ਆਪਣਾ ਇੱਥੇ ਕੀ ਬਈ ਆਪਣਾ ਜਿਹੜਾ ਕੋਈ ਕਾਨੂੰਨ ਸਾਨੂੰ ਕਿਰਪਾ ਕਰਕੇ ਕਹਿਣ ਲਈ ਮਜਬੂਰ ਕਰਦਾ ਹੈ ਤਾਂ ਇਹਦਾ ਮਤਲਬ ਇਹ ਆ ਤਾਂ ਦੋਸਤੋ ਆਨਸਰ ਦੇਖਦੇ ਹਾਂ ਚਲੋ ਇਹਦਾ ਆਦਿਕੋ ਦੋਸਤੋ ਇਹਦਾ ਅਨਸਰ ਹੈ ਦੋਸਤੋ ਦਾ ਲਾ ਡਸ ਨਾਟ ਕੰਪੈਲ ਅਸ ਟੂ ਸੇ ਪਲੀਜ਼ ਠੀਕ ਹੈ ਜੀ ਯਾਨਕੀ ਕਾਨੂੰਨ ਸਾਨੂੰ ਕਿਰਪਾ ਕਰਕੇ ਕਹਿਣ ਜਾਂ ਆਪਣੀ ਆਵਾਜ਼ ਨੂੰ ਜਿਹੜਾ ਹੈਗਾ ਦੂਜੇ ਹਾਂਜੀ ਦੂਜੇ ਲੋਕਾਂ ਦੀਆਂ ਸੰਵੇਦਨਾ ਨਾਲ ਜੋੜਨ ਲਈ ਮਜਬੂਰ ਨਹੀਂ ਕਰਦਾ ਯਾਨਕੀ ਔਰ ਅਟਿਊਨ आवर ਵੌਇਸ ਟੂ ਅਦਰ ਪੀਪਲਸ ਸੈਂਸੀਬਿਲਟੀਜ਼ ਠੀਕ ਹੈ ਜੀ ਤਾਂ ਹੀ ਇਸ ਦਾ ਅਨਸਰ ਹੋ ਗਿਆ ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਦੋਸਤੋ ਆਪਣਾ ਗਿਵ ਦਾ ਮੀਨਿੰਗ ਆਫ ਐਨੀ ਟੂ ਫੋਲੋਇੰਗ ਇਨ ਦਾ ਸਿੰਪਲ ਵਰਡ ਠੀਕ ਹੈ ਜੀ ਤਾਂ ਦੋਸਤੋ ਆਹ ਜਿਹੜੇ ਤੁਹਾਡੇ ਵਰਡ ਦਿੱਤੇ ਹੋਏ ਨੇ ਠੀਕ ਹੈ ਜੀ ਤਾਂ ਇਹਨਾਂ ਦਾ ਜਿਹੜਾ ਹੈਗਾ ਤੁਸੀਂ ਆਪਣਾ ਮਤਲਬ ਦੱਸਣਾ ਵਾ ਠੀਕ ਹੈ ਜੀ ਤਾਂ ਦੇਖੋ ਦੋਸਤੋ ਵਡਿਕਟ ਤਾਂ ਸਭ ਤੋਂ ਪਹਿਲਾਂ ਦੋਸਤੋ ਦੇਖ ਲਓ ਵਡਿਕਟ ਦਾ ਕੀ ਆ ਜਾਏਗਾ ਆ ਹਾਂਜੀ ਵਡਿਕਟ ਦਾ ਦੋਸਤੋ ਇੱਥੇ ਆ ਦੇਖੋ ਦਿੱਤਾ ਹੋਇਆ ਵਾ ਵਡਿਕਟ ਦਾ ਦੋਸਤੋ ਆ ਜਾਏਗਾ ਆਪਣਾ ਜਜਮੈਂਟ ਠੀਕ ਹੈ ਜੀ ਤਾਂ ਵਡਿਕਟ ਦਾ ਮਤਲਬ ਦੋਸਤੋ ਕੀ ਹੁੰਦਾ ਵਾ ਜਜਮੈਂਟ ਜਜਮੈਂਟ ਮਤਲਬ ਦੋਸਤੋ ਉਹੀ ਫੈਸਲਾ ਵਗੈ तो वो मतलब वही फैसला वगैरह अगर दोस्तों डिकटेटिंग ठीक है जी डिकटेक्टिंग मतलब दोस्तों तुसी देख सकते दे हो आखो आ भी हैगा वा डिकटेटिंग मतलब दोस्तों आ देखो हैगा वा अपना कोई हुक्म वगैरह तुम कह हो गिविंग ऑर्डरस ठीक है जी आखो गिविंग ऑर्डरसा यदा आ जाएगा दोस्तों डिकटेक्टिंग द गिविंग ऑर्डरस ठीक है तो अगला दोस्तों दिता हुआ है इनजोयस ठीक है जी ਦਾ ਇੰਜੋਇਮੈਂਸ ਦਾ ਦੋਸਤੋ ਕੀ ਆਏਗਾ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ ਤਾਂ ਦੋਸਤੋ ਇਹਦਾ ਵੀ ਹੁਕਮ ਦਿੰਦਾ ਹੈ ਜਾਂ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਵਾ ਬਾਕੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਇਹਦਾ ਮਤਲਬ ਦੱਸਣਾ ਵਾ ਤੇ ਅੱਗੇ ਹੈ ਦੋਸਤੋ ਰੀਡ ਦਾ ਲਾਈਨ 기ਵਨ ਬellow ਐਂਡ ਅਨਸਰ ਦਾ ਫੋਲੋਇੰਗ ਕੁਐਸਚਨ ਠੀਕ ਹੈ ਜੀ ਇਹ ਦਿੱਤੀ ਹੈ ਮਤਲਬ ਜਿਹੜੀ ਹੈ ਇਹ ਪੈਰੇ ਨੂੰ ਪੜੋ ਤੇ ਫਿਰ ਅਨਸਰ ਦਿਓ ਤਾਂ ਦੇਖੋ ਦੋਸਤੋ ਕੀ ਲਿਖਿਆ ਹੈ ਵਾ ਹੀ ਇਸ ਯਰ ਫੀਲਡ ਵਿਚ ਯੂ ਸੋ ਵਿਦ ਲਵ ਐਂਡ ਡੀਪ ਵਿਦ ਕੀ ਲਿਖਿਆ ਦੋਸਤੋ ਡੀਪ ਰੀਪ ਵਿਦ ਥਿੰਗਸ ਗਿਵਿੰਗ ਠੀਕ ਹੈ ਜੀ ਮਤਲਬ ਦੋਸਤੋ ਇਹ ਆ ਕਿ ਉਹ ਤਾਂ ਉਹਦਾ ਖੇਤ ਹੈ ਜੋ ਤੁਸੀਂ ਪਿਆਰ ਨਾਲ ਬੀਜਦੇ ਹੋ ਅਤੇ ਧੰਨਵਾਦ ਨਾਲ ਵੱਢਦੇ ਹੋ ਥੈਂਕਸ ਗਿਵਿੰਗ ਠੀਕ ਹੈ ਜੀ ਐਂਡ ਹੀ ਇਜ਼ ਯਰ ਬੋਰਡ ਐਂਡ ਬੋਰਡ ਐਂਡ योर फायर साइड ठीक है, का, आते तो हड़ा है, का, है जी वो जो है बोर्ड और जो है फायर साइड है ठीक है जी फॉर कम टू हिम विद हंगर एंड यू ठीक है जी तथे पता नहीं थोड़ा जहाँ लिखा है वा मतलब दोस्तों क्योंकि वह अपनी भुख ना उस को है वा आऊ और जोड़ा जो है वा इस तरह कुछ लिखा हुआ वा तो अगर लिखा है वैन यूअर फ्रेंड स्पीक हिज माइंड यूअर फीयर नॉट मे इन योर माइंड नर डू यू विद होल्ड एट द आई ठीक है जी दोस्त अपने मन की गल करता है तुम अपने मन में मन तो जो है व डरते नहीं अते ना ही रुकते हो ठीक है जी तो यह लिखा दोस्तों प्रश्न की है सब तो पहला नेम द पोयम एंड इट्स पोएट यानी कि कविता उस दे कवि कविता ना दसो दसोता दोस्तों चलो देखते दे, आंसर इसका पहला की अपना यह दोस्तों लभ्या भी होया है आ देखो आई थोड़ा तो है ना ही इज योअर फील्ड ठीक है जी तो दोस्तो ये असं लगभ भी लिया वा विद द सोल्यूशन आता देखो नेम द पोएम इन इट्स पोएट ठीक है poet, poet जी देखो दोस्तों है पा द नेम ऑफ द पोएम इज ऑन फ्रेंडशिप एंड इस पोए पोएट इज कलील गिबरन ठीक है जी कविता का नाम दोस्ती है तो इस कवि का नाम जो है खलील गिबरन है ठीक है जी तो दोस्तो दूसरा प्रश्न देखो की सर इतने हूँ हाँ जी जो आप कर रहे थे ये हूँ दूसरा प्रश्न है दोस्तों वट इज़ मोस्ट इंपोर्टेंट थिंग दैट वन कैन गिव टू येंड ठ ठीक है सब तो महत्वपूर्ण चीज़ की है जो एक दोस्त देता है तो दोस्तों आंसर देखो यद हाँ जी आई अपना प्रश्न ना वट इज़ मोस्ट इंपोर्टेंट थिंग वो वन कैन गिव टू अ फ्रेंड तो यद आंसर है का दोस्तों लव इज़ द मोस्ट इंपोर्टेंट थिंग दैट वन कैन गिव टू अ फ्रेंड ठीक है जी यानी कि दोस्तो प्यार सब तो जी है महत्वपूर्ण चीज़ है जो कि एक दोस्त देता है ठीक है जी अगला दोस्तों प्रश्न देखो की है हूँ इत when do we shower our friends with the love what do we earn in return from them ਜਦੋਂ ਅਸੀਂ ਆਪਣੇ ਦੋਸਤ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਉਸ ਨੂੰ ਬਦਲੇ ਵਿੱਚ ਕੀ ਕਮਾਉਂਦੇ ਹਾਂ ਠੀਕ ਹੈ ਜੀ ਤਾਂ ਦੋਸਤੋ ਆਨਸਰ ਦੇਖੋ ਇਹਦਾ ਆਈ ਦੇਖੋ ਆਹੀ ਫਰੈਂਡ ਆਪਣਾ ਪ੍ਰਸ਼ਨ ਹੈ ਨਾ ਠੀਕ ਹੈ ਜੀ ਤਾਂ ਇਹਦਾ ਆਨਸਰ ਹੈਗਾ ਵੈਨ ਵੀ ਸ਼ੋ ਆਵਰ ਫਰੈਂਡਸ ਵਿਦ ਲਵ ਵੀ ਅਰਨ ਟਰਸਟ ਐਂਡ ਲਾਇਲਟੀ ਆਫ ਫਰੈਂਡਸ਼ਿਪ ਇਨ ਰਿਟਰਨ ਠੀਕ ਹੈ ਜੀ ਜਦੋਂ ਅਸੀਂ ਆਪਣੇ ਦੋਸਤ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਬਦਲੇ ਵਿੱਚ ਦੋਸਤੀ ਅਤੇ ਭਰੋਸਾ ਤੇ ਦੋਸਤੀ ਦਾ ਜਿਹੜਾ ਹੈਗਾ ਭਰੋਸਾ ਤੇ ਵਫਾਦਾਰੀ ਜਿਹੜਾ ਹੈਗਾ ਕਮਾਉਂਦੇ ਹਾਂ ਤਾਂ ਇਹ ਆਨਸਰ ਹੋ ਗਿਆ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਹਾਊ ਇਜ਼ ਫਰੈਂਡ ਆਵਰ ਫਾਇਰ ਸਾਈਡ ਠੀਕ ਹੈ ਜੀ आ देखो दोस्तों हाउ इज फ्रेंड अवर फायर साइड यानी कि एक सा एक दोस्त सा फायर साइड किमें है तो देखो दोस्तो अवर अवर फ्रेंड इज अवर फायर साइड बिकॉज ही प्रोवाइड अस बॉम्ब थन कोल्ड और टबिलेंट टाइम्स ठीक है जी यानी कि साडा दोस्त सा जरा है अगता रास्ता है या फिर फायर साइड है क्योंकि दोस्तों ठंडे या फिर दोस्तों गड़बड़ के समय निघ प्रदान करता है तो इस आंसर हो गया ਤੇ ਹੁਣ ਦੋਸਤੋ ਆਪਣਾ ਅਗਲਾ ਦੇਖਦੇ ਹਾਂ ਪ੍ਰਸ਼ਨ ਕੀ ਹੈ ਤਾਂ ਦੋਸਤੋ ਇੱਕ ਹੋਰ ਤੁਹਾਡਾ ਸਟੈਂਜਾ ਦਿੱਤੀ ਹੋਈ ਆ ਤਾਂ ਇਹ ਕੱਟ ਦਿਓ ਕਿਉਂਕਿ ਦੋਸਤੋ ਇਹ ਚੀਰਫੁਲness ਟਾਊਟ ਬਾਇ ਰੀਜ਼ਨ ਵਾਲੇ ਪੋਇਮ ਦੇ ਵਿੱਚੋਂ ਆ ਇਹ ਤੁਹਾਨੂੰ ਹਜੇ ਪੋਇਮ ਨਹੀਂ ਹੈਗੀ ਠੀਕ ਹੈ ਜੀ ਸਿਲੇਬਸ ਦੇ ਵਿੱਚੋਂ ਕੱਟੀ ਗਈ ਆ 2023 ਦੇ ਵਿੱਚ ਤੇ ਹੁਣ ਦੋਸਤੋ ਪਾਰਟ ਸੀ ਆ ਰਾਈਟਿੰਗ ਆ ਠੀਕ ਹੈ ਮੇਕਅਪ ਪ੍ਰੈਸੀ ਆ ਠੀਕ ਹੈ ਤਾਂ ਤੁਸੀਂ ਇਸ ਨੂੰ ਕੀ ਕਰਨਾ ਵਾ 2 ਮਿੰਟ ਲਈ ਜਿਹੜਾ ਹੈਗਾ ਸਕਰੀਨ ਨੂੰ ਰੋਕੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ ਕਿਉਂਕਿ ਦੋਸਤੋ ਇਹ ਪ੍ਰੈਸੀ ਆ ਇਹਦੇ ਵਿੱਚ ਇੰਪੋਰਟੈਂਟ ਇੰਪੋਰਟੈਂਟ ਲਾਈਨਾਂ ਚੱਕ ਕੇ ਲਿਖਿਏ ਨੇ ਤਾਂ ਆ ਵੀ ਸਲੂਸ਼ਨ ਮੇ ਲੱਭ ਲਿਆ ਵਾ ਤਾਂ ਤੁਸੀਂ 2 ਮਿੰਟ ਲਈ ਪਹਿਲਾਂ ਹੈਗਾ ਸਕਰੀਨ ਨੂੰ ਰੋਕੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ ਪਹਿਲਾਂ ਇਹਨੂੰ ਤਾਂ ਦੋਸਤੋ ਤੁਸੀਂ ਪੜ੍ਹੀ ਲਿਆਉਣਾ ਇਹਦੇ ਵਿੱਚ ਕੀ ਆ ਤਾਂ ਸਿੱਧਾ ਸਿੱਧਾ ਆਪਣਾ ਜਿਹੜਾ ਹੈਗਾ ਆਨਸਰ ਵੱਲ ਚੱਲਦੇ ਆਂ ਦੇਖੋ ਸਕਸੈਸ ਇਨ ਲਾਈਫ ਡਿਪੈਂਡਸ ਲਾਰਜਲੀ ਲਾਰਜਲੀ ਔਨ ਗੁੱਡ ਹੈਲਥ ਠੀਕ ਹੈ ਜੀ ਤਾਂ ਦੇਖੋ ਆਹ ਵਾਲਾ ਆਹੀ ਹੈ ਨਾ ਆਪਣਾ ਸਕਸੈਸ ਇਨ ਲਾਈਫ ਡਿਪੈਂਡਸ ਔਨ ਲਾਰਜਲੀ ਔਨ ਗੁੱਡ ਹੈਲਥ ਤਾਂ ਇਹਦਾ ਸੋਲੂਸ਼ਨ ਦੇਖੋ ਦੋਸਤੋ ਯਾਨੀ ਕਿ ਆਨਸਰ ਤਾਂ ਦੇਖੋ ਦੋਸਤੋ ਇਹਦੇ ਵਿੱਚ ਮੇਨ ਪੁਆਇੰਟਸ ਕੀ ਨਿਕਲ ਕੇ ਆ ਰਹੇ ਨੇ ਇੱਕ ਤਾਂ ਹੈਗਾ ਦੋਸਤੋ ਗੁੱਡ ਹੈਲਥ ਇਜ਼ ਏਸੈਂਸ਼ੀਅਲ ਫਾਰ ਸਕਸੈਸ ਯਾਨੀ ਕਿ ਦੋਸਤੋ ਸਫਲਤਾ ਲਈ ਜਿਹੜਾ ਹੈਗਾ चंकी सेहत जरूरी है ठीक है जी वी शुड अवॉयड सच एक्टिविटी दैट हार्मस आवर हैल्थ यानी कि दोस्तों दोस्तो सजि जी है दोस्तों गतिविधियां तो बचना चाहिए है जो साड़ी साहत नु नुकसान पहुँचा है ठीक है जी अगे दोस्तों वी शुड रिमेंबर दैट करैक्टर इफ अ प्राइजलैस पोजैशन ठीक है पोजैशन यानी कि सानू याद रखना चाहिए है कि चरित्र एक अनमोल कब्जा है ठीक है जी अगे दोस्तों वी शुड हैल्प फुल एंड नोबल टू ऑल सारे लिए दोस्तों मददगार नेक होना चाहिए है तो देखो दोस्तों टाइटल का बनेगा वैल्यू ऑफ हेल्थ एंड करैक्टर वैल्यू ऑफ हैल्थ एंड करैक्टर या फिर दोस्तों मेंटेनेंस ऑफ हैल्थ एंड करैक्टर ठीक है जी यानी कि दोस्तों सेहत और चरित्र का मुल या फिर दोस्तों सेहत और चरित्र संभाल इसका बनेगा मेन हैडिंग ठीक है जी प्रेस दोस्तों देखो की है अ गुड हेल्थ इज असैशियल फॉर सक्सैस यानी कि सफलता लिए चंह जरूरी है वी शुड अवॉयड सच ਐਕਟੀਵਿਟੀ ਤਤ ਹਮਸਵਰ ਹੈਲਥ ਅਵਰ ਹੈਲਥ ਯਾਨੀ ਕਿ ਸਾਨੂੰ ਯਹੀ ਗਤੀਵਿਧੀ ਤੋਂ ਬਚਣਾ ਚਾਹੀਦਾ ਹੈ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਠੀਕ ਹੈ ਜੀ ਤੇ ਵੀ ਸ਼ੁਡ ਰਿਮੈਂਬਰ ਯਾਨੀ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਏ ਦਾ ਕੈਰੈਕਟਰ ਇਜ਼ ਅ ਪ੍ਰੈਜ਼ਲੈਸ ਪੋਜੈਸ਼ਨ ਠੀਕ ਹੈ ਯਾਨੀ ਕਿ ਕਨਮੋਲ ਚਰਿੱਤਰ ਇੱਕ ਅਨਮੋਲ ਕਬਜ਼ਾ ਹੈ ਧੇਰਫੋਰ ਵੀ ਸ਼ੁਡ ਹੈਲਪਫੁਲ ਐਂਡ ਨੋਬਲ ਟੂ 올 ਠੀਕ ਹੈ ਜੀ ਇਸ ਲਈ ਸਾਨੂੰ ਸਾਰਿਆਂ ਲਈ ਮਦਦਗਾਰ ਅਤੇ ਨੇਕ ਹੋਣਾ ਚਾਹੀਦਾ ਹੈ ਤਾਂ ਇਹ ਇਜ਼ ਅਨਸਰ हो जाएगा अगला दोस्तों तो की है देखो इमेजिन यू आर सुरेश ठीक है जी इमेजिन यू आर सुरेश लिविंग इन रंजीत वेन्यू मतलब दोस्तों सिंपल में इतों स्टार्ट राइट अ लेटर टू एडिटर ऑफ न्यूज पेपर कंप्लेनिंग अगेंस्ट रैकलैस ड्राइविंग ठीक है जी यानी कि दोस्तों यही लिखा हुआ है ਕੀ ਇੱਕ ਤੁਸੀਂ ਇਹ ਲਿਖਣਾ ਵਾ ਮਤਲਬ ਲੈਟਰ ਲਿਖਣੀ ਆ ਇੱਕ ਅਖਬਾਰ ਦੇ ਸੰਪਾਦਕ ਨੂੰ ਠੀਕ ਹੈ ਕਿ ਲਾਪਰਵਾਹੀ ਨਾਲ ਡਰਾਈਵਿੰਗ ਦੀ ਸ਼ਿਕਾਇਤ ਕਰਨ ਦੀ ਇੱਕ ਪੱਤਰ ਲਿਖੋ ਅਖਬਾਰ ਦੇ ਸੰਪਾਦਕ ਨੂੰ ਇਹ ਇਸ ਦੇ ਵਿੱਚ ਲਿਖਿਆ ਹੋਇਆ ਵਾ ਤਾਂ ਦੋਸਤੋ ਅਸੀਂ ਇਹ ਵੀ ਲੱਭ ਲਿਆ ਹੋਇਆ ਵਾ ਆ ਦੇਖੋ ਆਹੀ ਹੈ ਨਾ ਤੁਹਾਡੀ ਲੈਟਰ ਆ ਦੇਖੋ ਦੋਸਤੋ ਠੀਕ ਹੈ ਜੀ ਰੈਕਲੈਸ ਡਰਾਈਵਿੰਗ ਬਾਰੇ ਆ ਤਾਂ ਦੇਖੋ ਕਿਸ ਤਰ੍ਹਾਂ ਲਿਖਣਾ ਵਾ 308 ਰਣਜੀਤ ਐਵੇਨਿਊ ਅੰਮ੍ਰਿਤਸਰ ਮਾਰਚ 24 2023 यही डेट पा लिये द एडिटर द इंडियन एक्सप्रेस चंडीगढ़ सब्जेक्ट यह एविल ऑफ रैकलैस ड्राइविंग यानी कि लापरवाही ग्डी चला बुराई ठीक है जी तो देखो सर ठीक है जी की लिखे दोस्तों रैकलैस ड्राइविंग ऑफ बसिस हैज़ बिकम अ कॉमन प्रैक्टिस इन अवर रोड्स यानी कि साडिया सड़कों लापरवाही बसा चलाना आम गल बन गई है ठीक है जी तो एज अ रिजल्ट देर आर सीरीयस एक्सीडेंट ठीक है जिस कारण दोस्तों गंभीर हादसे हो रहे हैं देर आर सैक्टर देर आर स्कोर ऑफ डेथ एवरी डे ਮੈਨੀ ਹੋਮਸ ਆਰ ਰਿਉਂਡ ਠੀਕ ਹੈ ਜੀ ਹਰ ਰੋਜ਼ ਅਣਗਿਣਤ ਮੌਤਾਂ ਹੋ ਰਹੀਆਂ ਹਨ ਕਈ ਘਰ ਬਰਬਾਦ ਹੋ ਗਏ ਹਨ ਤਾਂ ਗਵਰਨਮੈਂਟ ਹੈਜ਼ ਟੂ ਗਿਵ ਹਿਊਜ ਅਮਾਉਂਟ ਆਫ ਐਜ਼ ਅ ਕੰਪਨਸੇਸ਼ਨ ਮਨੀ ਸਰਕਾਰ ਨੂੰ ਮੁਆਵਜ਼ੇ ਦੀ ਰਕਮ ਵੱਜੋ ਜਿਹੜੀ ਹੈ ਕਿ ਵੱਡੀ ਰਕਮ ਦੇਣੀ ਪੈਂਦੀ ਹੈ ਠੀਕ ਹੈ ਜੀ ਦਾ ਡੈਮੇਜ ਆਫ ਅ ਵਹੀਕਲਸ ਇਨਵੋਲਵਡ ਇਨ ਦਾ ਐਕਸੀਡੈਂਟ ਇਜ਼ ਅਨਦਰ ਨੈਸ਼ਨਲ ਲਾਸ ਯਾਨੀ ਕਿ ਦੋਸਤੋ ਹਾਦਸੇ ਵਿੱਚ ਜਿਹੜੇ ਗਏ ਸਾਮਲ ਵਾਹਨਾਂ ਦਾ ਨੁਕਸਾਨ ਇੱਕ ਰਾਸ਼ਟਰੀ ਨੁਕਸਾਨ ਹੈ ਦੋਸਤੋ ਹਾਂਜੀ ਤਾਂ ਅੱਗੇ ਲਿਖਿਆ ਹੋਇਆ ਦੋਸਤੋ ਆਪਣਾ ਇਹ ਕੀ ਮੈਨੀ ਟਾਈਮਸ ਦ ਡਰਾਈਵਰ ਆਫ ਇਲ ਫੇਟਡ ਬੱਸਿਸ ਆਰ ਫਾਊਂਡ ਅੰਡਰ ਇਨਫਲੂਐਂਸ ਆਫ ਲਿਕਰ ਠੀਕ ਹੈ ਜੀ ਮਤਲਬ ਦੋਸਤੋ ਕਈ ਵਾਰੀ ਨਜਾਇਜ਼ ਬਸਾਂ ਦੇ ਡਰਾਈਵਰ ਵੀ ਜਿਹੜੇ ਹੈਗੇ ਆ ਸ਼ਰਾਬ ਦੇ ਨਸ਼ੇ ਵਿੱਚ ਫਸ ਫਸੇ ਜਾਂਦੇ ਹਨ ਠੀਕ ਹੈ ਜੀ ਤੇ ਅੱਗੇ ਲਿਖਿਆ ਹੋਇਆ ਦੋਸਤੋ ਆਪਣਾ ਕਿ ਰੀਸੈਂਟਲੀ ਆ ਬੱਸ ਡਰਾਈਵਰ ਵਾਸ ਟ੍ਰਾਈਂਗ ਟੂ ਓਵਰਟੇਕ ਅਨਦਰ ਬੱਸ ਔਨ ਦਾ ਮੋਗਾ ਲੁਧਿਆਣਾ ਹਾਈਵੇ ਠੀਕ ਹੈ ਜੀ ਯਾਨੀ ਕਿ ਦੋਸਤੋ ਹਾਲੀ ਚੇ ਮੋਗਾ ਲੁਧਿਆਣਾ ਹਾਈਵੇ ਤੇ ਇੱਕ ਬੱਸ ਡਰਾਈਵਰ ਇੱਕ ਹੋਰ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ बट लॉस्ट कंट्रोल ठीक है जी पर उसने जोड़ा है अपना कंट्रोल जगा वा गुआ दिता ठीक है जी? जी बस रैमड हैड लोंग इन टू ट्री एंड देर वाज लॉस ऑफ फाइव प्रिशियस लाइफ्स ठीक है जी बस बेकाबू होकर दरख्त न जा कारण दोस्तों पांच कीमती जाना जी है चली गई है। अगे लिखा दोस्तों वी कैन डू मच चैक दिस एक्सीडेंट ठीक है जी असं इन्ह हादसों रोकने बहुत कुछ कर सकते हाँ फस्ट ऑफ ऑल ऑल ड्राइवर should be educated against the danger of reckless driving a driver's driving under the influence of a liquor should be punished mobile traffic police should be posted in sufficient atlant to monitor rash driving theek hai ji sab to pehla driver nu laparvai nal driving de khatreya prati jagruk kita jana chahida hai sharab pe ke gaddi chalawan wale driveran nu saza milni chahidi hai rash driving hanji te nazar rakhni chahidi hai mobile traffic police nu dorindi ginti vich tainat kita jana चाहिए है ठीक है होप माई सजेशन विल फाइंड फेवर विद द अथॉरिटीज यानी कि उम्मीद है कि मेरे सुझाव अधिकारी के में मिलेगा ठीक है जी थोड़ा धनबाद यानी कि थैंक्स गिव यू योर फेथफुली मतलब दोस्तों वफेदार तो सुरेश तो आंसर हो गया हूँ अगला देखो दोस्तों की है हाँ जी अगला है दोस्तों जी अपना राइट एंड एप्लीकेशन द मैनेजर कैनारा बैंक ठीक है जी फॉर द पोस्ट ऑफ क्लर्क ठीक है जी ਕਲਰਕ ਦੇ ਪੋਸਟ ਦੇ ਲਈ ਦੋਸਤੋ ਜਿਹੜਾ ਹੈਗਾ ਵੇ ਇੱਥੇ ਤੁਸੀਂ ਇਹ ਐਪਲੀਕੇਸ਼ਨ ਲਿਖਣੀ ਆ ਮਤਲਬ ਦੋਸਤੋ ਆਹੀ ਲਿਖਿਆ ਹੈ ਕਿ ਅਰਜ਼ੀ ਲਿਖੋ ਠੀਕ ਹੈ ਜੀ ਮੈਨੇਜਰ ਕੇਨੈਰਾ ਬੈਂਕ ਕਰਨਾਲ ਕਲਰਕ ਦੇਹੁਦੇ ਲਈ ਠੀਕ ਹੈ ਜੀ ਤਾਂ ਦੋਸਤੋ ਦੇਖੋ ਆ ਦੇਖੋ ਆ ਮੇ ਲੱਭੀ ਹੋਈ ਹੈ ਠੀਕ ਹੈ ਜੀ ਆਹੀ ਤੁਹਾਡਾ ਹੈਗਾ ਵਾ 4 ਦਾ ਪੋਸਟ ਆਫ ਕਲਰਕ ਤਾਂ ਦੇਖੋ 315 ਸਾਸ਼ਤਰੀ ਨਗਰ ਜਲੰਧਰ ਸਿਟੀ ਮਾਰਚ 24 2023 ਦਾ ਮੈਨੇਜਰ ਦਾ ਕੇਨੈਰਾ ਬੈਂਕ ਕਰਨਾਲ ਸਬਜੈਕਟ ਹੈ ਦੋਸਤੋ ਐਪਲੀਕੇਸ਼ਨ ਫੋਰ ਦਾ ਪੋਸਟ ਆਫ ਕਲਰਕ ਠੀਕ ਹੈ ਕਲਰਕ ਦੇਹੁਦੇ ਲਈ ਅਰਜ਼ੀ ਠੀਕ ਹੈ ਜ तो अगे देखो दोस्तों की लिखा है सर काइंडली रेफर टू योर एडवरटाइजमेंट इन द ट्रिब्यून डेटेड मार्च अठारह दो हज़ार तेई ठीक है इस तरह तो लिखते हो अ की लिखे देखो दोस्तों इत फॉर द पोस्ट ऑफ कलर्क इन योर बैंक ठीक है जी मतलब दोस्तों यह ਕੀ ਕਿਰਪਾ ਕਰਕੇ ਆਪਣੇ ਬੈਂਕ ਵਿੱਚ ਕਲਰਕ ਦੀ ਪੋਸਟ ਲਈ ਟ੍ਰਿਬਿਊਨ ਮਿਤੀ 18 2023 ਵਿੱਚ ਦਿੱਤੇ ਇਸ਼ਤਿਹਾਰ ਨੂੰ ਵੇਖੋ ਠੀਕ ਹੈ ਜੀ ਆਈ ਊਡ ਲਾਈਕ ਟੂ ਆਫਰ ਮਾਈ ਸੈਲਫ ਐਸ ਅ ਕੈਂਡੀਡੇਟ ਫੋਰ ਦਾ ਸੇਮ ਠੀਕ ਹੈ ਜੀ ਮੈਂ ਆਪਣੇ ਇਸ ਜਿਹੜਾ ਹੈਗਾ ਵਾ ਮੈਂ ਆਪਣੇ ਆਪ ਨੂੰ ਇਸ ਲਈ ਉਮੀਦਵਾਰ ਵਜੋਂ ਪੇਸ਼ ਕਰਨਾ ਚਾਹਾਂਗਾ ਆਈ ਟੂਕ ਫਰਸਟ ਕਲਾਸ ਡਿਗਰੀ ਇਨ ਬੀਕਮ ਫਰਮ ਦਾ ਲਾਲਪੁਰ ਖਾਲਸਾ ਕਾਲਜ ਜਲੰਧਰ ਲਾਸਟ ਈਅਰ ਫੋਰ ਦਾ ਲਾਸਟ 6 ਮਨთ ਆਈ ਹੈਵ ਬੀਨ ਵਰਕਿੰਗ ਵਿਦ ਸਟੇਟ ਬੈਂਕ ਆਫ ਇੰਡੀਆ ਮੋਡਲ ਟਾਊਨ ਬ੍ਰਾਂਚ ਕਰਨਾਲ ਠੀਕ ਹੈ ਮੈਂ ਬੀਕਮ ਵਿੱਚ ਪਹਿਲੀ ਜਮਾਤ ਡਿਗਰੀ ਲਈ ਹੈ ਠੀਕ ਹੈ ਜੀ ਤੇ ਲਾਲਪੁਰ ਖਾਲਸਾ ਕਾਲਜ ਜਲੰਧਰ ਤੋਂ ਜਿਹੜਾ ਹੈਗਾ ਪਿਛਲੇ ਸਾਲ ਵਿੱਚ ਜਿਹੜਾ ਹੈਗਾ ਵਾ ठीक है जी पिछले स सा, पिछले साल में मैं छा छे महीनों तो जोड़ा है व स्टेट बैंक ऑफ इंडिया मॉडल टाउन ब्रांच करनाल काम कर रहा हाँ ठीक है जी तो अगर लिखा कि द मैनेजर ऑफ द बैंक इज यूली इज फुली सैटिस्फाइड विद माई एफिशंसी बट माई प्रेजेंट जॉब इज़ टैम्पररी एंड आई एम लाइकली टू रिवड दिस मंथ एट प्रेजेंट आई एम सर्चिंग फॉर अ परमानेंट ਜੌਬ ਠੀਕ ਹੈ ਜੀ ਮਤਲਬ ਦੋਸਤੋ ਕੀ ਹੈ ਕਿ ਬੈਂਕ ਦੇ ਮੈਨੇਜਰ ਮੇਰੀ ਕੁਸ਼ਲਤਾ ਤੋਂ ਪੂਰੀ ਜੜਾ ਹੈਗਾ ਸੰਤੁਸ਼ਟ ਹਨ ਪੂਰੀ ਤਰ੍ਹਾਂ ਠੀਕ ਹੈ ਜੀ ਪਰ ਮੇਰੀ ਮੌਜੂਦਾ ਨੌਕਰੀ ਅਸਥਾਈ ਹੈ ਇਸ ਮਹੀਨੇ ਮੈਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਇਸ ਸਮੇਂ ਮੈਂ ਪੱਕੀ ਨੌਕਰੀ ਦੀ ਭਾਲ ਵਿੱਚ ਹਾਂ ਠੀਕ ਹੈ ਜੀ ਤੇ ਅੱਗੇ ਦੇਖੋ ਉਸ ਕੀ ਲਿਖਿਆ ਕਿ ਆਈ ਹੋਪ ਯੂ ਵਿਲ ਗਿਵ ਮੀ ਆ ਓਪਰਚੁਨਿਟੀ ਟੂ ਓਪਰਚੁਨਿਟੀ ਟੂ ਸਰਵ ਦਾ ਬੈਂਕ ਠੀਕ ਹੈ ਮਤਲਬ ਕੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਬੈਂਕ ਦੀ ਸੇਵਾ ਕਰਨ ਲਈ ਮੌਕਾ ਦੇਵੋਗੇ ਆਈ ਐਮ ਸ਼ੋਰ आई एम ए श्योर यू विल फुली सैटिस्फाइड विद माई डेडिकेशन एंड कैपैसिटी फॉर वर्क आई एम एनरजेटिक यंग मैन ऑफ ट्वेंटी टू ठीक है जी मतलब कि यही आए जे कम प्रति समर्था तो पूरी तरह जो संतुष्ट होवोंगे तो अगर लिखा हो इत कि मैं वीया अकेडमिक रिकॉर्ड के नामों बीस साल का एक जड़ा है वा आ, उर्जवान नौजवान हाँ ठीक है जी तो अगे लिखो दोस्तों आई अटैच हेयर विद द अटैसटड फोटोज कॉपी फॉ फोटोज ऑफ माई ओरिजिनल सर्टिफिकेट्स एंड टेस्टमोनीयल फ्रॉम माई कॉलेज प्रिंसीपल एंड माई प्रीवियस एम्पलॉयर ठीक है जी यानी कि दोस्तो कि मैं इस नाल अपने असल सर्टिफिकेटा की तस्दशुदा फोटोकापियाँ मेरे कॉलेज प्रिंसीपल और पिछले जेडे मालक तो प्रशंसा पत्र नथी करता हाँ ठीक अनुकल है जी होपिंग फॉर अ फेवरेबल कंसड्रेसन एक अनुकूलन अनुकूल विचार भी उम्मीद है ठीक है जी योर फेथफुल यानी कि वफादार ਕਰਨ ਠੀਕ ਹੈ ਤਾਂ ਇਹ ਇਸ ਆਨਸਰ ਹੋ ਗਿਆ ਹੁਣ ਅਗਲਾ ਦੇਖਦੇ ਹਾਂ ਦੋਸਤੋ ਕੀ ਆ ਅਗਲਾ ਹੈਗਾ ਤੁਹਾਡਾ ਐਕਸਪਲੇਨ ਦਾ ਨਿਊਜ਼ਪੇਪਰ ਹੈਡਲਾਈਨ ਡਰਗ ਅਬਿਊਸਡ ਡਿਸਕਸਡ ਠੀਕ ਹੈ ਜੀ ਤਾਂ ਹੁਣ ਦੋਸਤੋ ਤੁਸੀਂ ਇਹਦਾ ਹੈ ਜਿਹੜਾ ਹੈਗਾ ਹੈਡਲਾਈਨ ਬਣਾਉਣੀ ਆ 15 ਤੋਂ 20 ਵਰਡ ਦੇ ਵਿੱਚ ਤਾਂ ਦੋਸਤੋ ਚਲੋ ਇਸ ਨੂੰ ਵੀ ਦੇਖਦੇ ਹਾਂ ਆ ਦੇਖੋ ਦੋਸਤੋ ਆਹੀ ਹੈ ਨਾ ਡਰਗ ਅਬਿਊਸ ਡਿਸਕਸਡ ਯਾਨਕੀ ਨਸ਼ਿਆਂ ਦੀ ਦੁਰਵਰਤੇ ਬਾਰੇ ਚਰਚਾ ਕੀਤੀ ਗਈ ਠੀਕ ਹੈ ਤਾਂ ਦੇਖੋ ਦੋਸਤੋ ਐਕਸਪਲੇਨੇਸ਼ਨ ਕੀ ਹੈ ਇਨ ਅ ਮੀਟਿੰਗ ਆਫ ਹਾਈ ਲੈਵਲ ਦਾ ਐਵਲ ਆਫ ਡਰਗ ਅਬਿਊਸਡ ਬਸ ਡਿਸਕਸਡ ਯਾਨਕੀ ਉੱਚ ਪਦਰੀ ਮੀਟਿੰਗ ਵਿੱਚ ਨਸ਼ਿਆਂ ਦੀ ਬੁਰੀਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਠੀਕ ਹੈ ਤਾਂ ਇਸ ਦਾ ਆਨਸਰ ਦੋਸਤੋ ਬਸ ਤੁਸੀਂ ਇੰਨਾ ਕਹੀ ਲਿਖਣਾ ਵਾ ਤੇ ਹੁਣ ਦੋਸਤੋ ਅਗਲਾ ਦੇਖੋ ਕੀ ਹੈ ਰਾਈਟ ਐਨ ਈਮੇਲ ਟੂ ਫਰੈਂਡ ਐਕਸਟੈਂਡਿੰਗ ਐਨ ਇਨਵੀਟੇਸ਼ਨ ਫੋਰ ਆ ਪਾਰਟੀ ਠੀਕ ਹੈ ਜੀ ਯਾਨਕੀ ਦੋਸਤੋ ਪਾਰਟੀ ਲਈ ਸੱਦਾ ਦੇਣ ਵਾਲੇ ਕਿਸ लिखो ठीक है जी तो दोस्तों चलो देखते भी तो दोस्तों देखो आई है ना तो राइट राइटर ईमेल टू फ्रेंड एक्सटेंडिंग एन इनविटेशन फॉर अ पार्टी ठीक है जी सेम सगा तो देखो सैंड सेव ड्राफ्ट से डिस्कार्ड से यह लाइन भी मार लो ठीक है जी इस तरह जमें हाँ चार लाइन मारियां ने टू ठीक है टू जीन भेज रहे हो दलजीत सिट द रेट याहू डॉट कॉम फ्रॉम जी तीसरी अपनी इतनी ईमेल आई डी अपनी आई डी भरनी है ठीक है परमजीत सिट द रेट याहू डॉट कॉम डेट कि मार्च चौबी दो हज़ार तेई पाइव पीएम सब्जेक्ट दोस्तों इनविटेशन टू फर्स्ट वैडिंग एनिवर्सरी सेलिब्रेशन अटैच फाइल तो देखो दोस्तों हाय दलजीत आई होप यू रिमैम्बर दैट फर्स्ट वैडिंग एनिवर्सरी ऑफ माय एल्डर ब्रदर वुड फॉल ऑन जनवरी पंद्रह दो हज़ार सोलह इतें जो है वा मार्च तेई दो हज़ार सोलह पा लो ठीक है जी तो इतने मार्च नहीं इतने तुम्हें जोड़ा है वा न आ, मार्च जोड़ा है छब्बी पा दो मार्च छब्बी या सताई मार्च छब्बी दो हज़ार ਤੇ ਠੀਕ ਹੈ ਕਿ ਭਾਈ ਮਤਲਬ ਇਹੀ ਹੈ ਕਿ ਮੈਨੂੰ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਯਾਦ ਹੋਵੇਗਾ ਕਿ ਮੇਰੇ ਵੱਡੇ ਭਰਾ ਦੀ ਪਹਿਲੀ ਵਿਆਹ ਦੀ ਜਿਹੜੀ ਹੈਗੀ ਆ ਜਿਹੜੀ ਮੈਰਿਜ ਐਨੀਵਰਸਰੀ ਆ ਠੀਕ ਹੈ ਜੀ ਉਹ ਦੋਸਤੋ 15 ਇਹ ਮਤਲਬ ਇੱਥੇ ਦੋਸਤੋ 15 ਨਹੀਂ ਇੱਥੇ ਤੁਸੀਂ ਆਪਣਾ 26 ਮਾਰਚ 2023 ਨੂੰ ਹੋਵੇਗੀ ਠੀਕ ਹੈ ਜੀ ਤੇ ਅੱਗੇ ਲਿਖਿਆ ਦੋਸਤੋ ਆਪਣਾ टू मार्क द ओकेशन वी हैव अरेंज्ड अ डिनर एट लियो होटल ठीक है जी ता इस मौके नु मनाण ਲਈ assi लियो होटल विच रात दे खाने दा प्रबंध कीता है यू आर कॉरडियली इनवाइटेड टू जॉइन अस ऑन दिस हैप्पी ओकेशन एट 8 पीएम मतलब दोस्तों कि इधर ही या तहां नु रात 8 बजे इस खुशी दे मौके साडे नाल शामिल होण ਲਈ हार्दिक सद्दा जेड़ा हैगा बा दिता जाता है ठीक है जी बैस्ट विसिज यानी कि शुभकामना परमजीत सिंह अगे दोस्तों सेंड सेव ड्राफ्ट डिस्कार्ड इस तरह लिख देना वा ते अगे है दोस्तों, तो अगे दोस्तों हमारा पार्ट डी है ग्रामर का पोशन है तो डू एज डायरैक्ट ने एक एक नंबर देने दोस्तों चलो देखते हैं इनू भी हूँ आ देखो दोस्तो तो दोस्तों देखो पहला की है फिलिंग द ब्लैंक्स विद सुटेबल डिटरमेंट्स ठीक है सुर है ढुकव निर्धारक नाल खाली थान भरोो श आई शैल रिटर्न दिस बुक इन डैश डेज ठीक है जी यानी कि मैं ये किताब डैश दिना वापस कर तो दोस्तों आ देखो असी लभ्या होया है आई है ना तो प्रश्न ठीक है जी तो यद आंसर दोस्तों आ जाएगा आ फ्यू ठीक है जी आ फ्यू जो है दोस्तों आ जाएगा आ फ्यू इन डेज ठीक है जी आ फ्यू डेज़ ठीक है जी ਤੇ ਅਗੇ ਹੈ ਦੋਸਤੋ ਸ਼ੀ ਇਜ਼ ਪ੍ਰਾਊਡ ਆਫ ਡੈਸ਼ ਬਿਊਟੀ ਠੀਕ ਹੈ ਜੀ ਉਸ ਨੂੰ ਡੈਸ਼ ਸੁੰਦਰਤਾ ਤੇ ਮਾਨ ਹੈ ਠੀਕ ਹੈ ਜੀ ਤਾਂ ਦੋਸਤੋ ਇਹਦਾ ਆ ਜਾਏਗਾ ਆਪਣਾ ਅਨਸਰ ਤੁਸੀਂ ਦੇਖ ਸਕਦੇ ਹੋ ਸ਼ੀ ਇਜ਼ ਪ੍ਰਾਊਡ ਆਫ ਹਰ ਬਿਊਟੀ ਠੀਕ ਹੈ ਜੀ ਤਾਂ ਇੱਥੇ ਦੋਸਤੋ ਜਿਹੜਾ ਹੈਗਾ ਵਾ ਹਰ ਆ ਜਾਏਗਾ ਤੇ ਹੁਣ ਦੋਸਤੋ ਅਗਲਾ ਕੀ ਹੈ ਇੱਥੇ ਥੇਰ ਇਜ਼ ਅ ਨੋ ਵਨ ਡੈਸ਼ ਚੈਲੰਜ ਥਿਸ ਕਲੇਮ ਠੀਕ ਹੈ ਜੀ ਤਾਂ ਮਤਲਬ ਦੋਸਤੋ ਇਹਦਾ ਇਹੀ ਹੈ ਕਿ ਭਾਈ ਇਹ ਦਾਵਾ ਕੋਈ ਨਹੀਂ ਹੈ ਠੀਕ ਹੈ ਜੀ ਚੁਣੌਤੀ चुनौती दिता हो यह कोई दावा यह दावा कोई नहीं है चुनौती तो यह एक इनफेटिड ना दोस्तों खाली थानू भरो तो दोस्तों देखो असी आभिया होया है तो आडा है ना तो आही क्वेश्चन है ठीक है जी तो इस आंसर दोस्तों आ जाएगा अपना देर इज नो वन टू चैलेंज टू द क्लेम ठीक है जी देर इज नो वन जगा देर इज नो वन टू चैलेंज द क्लेम यह इसका आंसर बन जाएगा ਅਗਲਾ ਦੋਸਤੋ ਕੀ ਹੈ ਕਿ ਦਾ ਮੈਮ ਦਾ ਮੈਮ ਸੌਰੀ ਮੈਨ ਨਹੀਂ ਮੈਨ ਠੀਕ ਹੈ ਦਾ ਮੈਨ ਸੀਮਸ ਠੀਕ ਹੈ ਜੀ ਆਦਮੀ ਲੱਗਦਾ ਹੈ ਠੀਕ ਹੈ ਡੈਸ਼ ਵਰੀ ਠੀਕ ਹੈ ਜੀ ਕੀ ਹੈ ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆ ਦੇਖੋ ਆਸੀ ਲੱਭਿਆ ਹੋਇਆ ਹੈ ਦਾ ਮੈਮ ਸੌਰੀ ਦਾ ਮੈਨ ਸੀਮਸ ਅ ਵਰੀਡ ਠੀਕ ਹੈ ਜੀ ਆਹ ਤੁਹਾਡਾ ਕੁਐਸਚਨ ਆ ਤੇ ਇਹਦਾ ਆਨਸਰ ਦੋਸਤੋ ਆ ਦੇਖੋ ਲਿਖਿਆ ਹੋਇਆ ਦਾ ਮੈਨ ਸੀਮਸ ਵਰੀ ਠੀਕ ਹੈ ਜੀ ਜਿਹੜਾ ਹੈਗਾ ਆਦਮੀ ਪਰੇਸ਼ਾਨ लगता है ठीक है जी अगला दोस्तों देखो की है अपना आई नो हर टू बी इंटेलीजेंट ठीक है जी मैं उस उसू जोड़ा है बुद्धिमान जाता हाँ ठीक है जी तो मैं उस उसू बुद्धिमान जाता हाँ ठीक है तो दोस्तों का की बनेगा ट्रांसफॉर्मेशन इन टू कंपलैक्स सेंटेंस तो दोस्तों एदा बनेगा आ देखो आई नो दैट शी इज़ इंटेलीजेंट ठीक है जी तो आंसर यह बन जाएगा अगला दोस्तों देखो की है इट इज़ अ मैटर ऑफ सोरो दैट आई एम अन्डोन द चेंज इन टू एन एक्सलो हाँ जी एक्सला मैट्री सेंटेंस ठीक है ये कन्वर्ट करना वा तो दोस्तों यद बनेगा हाँ जी एलास तिहा जो निशान दिता हुआ वा तो आई एम अंडोन ठीक है जी दिस इज़ राइट आंसर ऑफ इट इज़ अ मैटर ऑफ सोरो दै आई एम अनडोन तो यही इसका आंसर बन जाएगा ठीक तो है जी कि एद अपना यह वाले प्रश्न का जरा पूछा गया अगे दोस्तों आई वॉज़ गिवन योर मैसेज बाय हिम ठीक है चेंज द बॉयज मतलब दोस्तों एदा मतलब यही है जरा उपर आ ना यदा यह मतलब वा कि दुख गल है कि मैं अं जरा है वा हाँ जी अनडोन हाँ ठीक है इसका मतलब कुछ इस प्रकार है तो अगे है दोस्तों अपना आई वॉज़ गिवन यूर मैसेज बाय हिम यानी कि मैनू उस द्वारा जहाँ संदेश तो दिता गया सी ता दोस्तों आंसर बनेगा ही गिव मी योर मैसेज अगला दोस्तों प्रश्न की है ही he said to me what are you doing theek hai change the narration usne mainu kaha tusi ki kar rahe ho ta dosto ida answer ban jayega he asked me what i was doing theek hai ji ta eh is answer बन जाएगा आगे है दोस्तों पार्ट ई या लिटरेचर तो देखो दोस्तों राइट डाउन द सेंट्रल आईडिया ऑफ एनी वन पोयम द प्रेयर ऑफ द वुड देख लेने हैं पहला आपा आ देखो दोस्तों प्रेयर ऑफ वुड द सेंट्रल आईडिया तो ये पंजाबी दे बीच भी इथे ਥੱਲੇ ਦਿੱਤੀ ਹੋਈ ਹੈ ਦਿੱਤਾ ਹੋਇਆ ਹੈ ਠੀਕ ਹੈ ਤਾਂ ਤੁਸੀਂ ਇਸ ਨੂੰ ਦੇਖ ਲਓ ਦੋਸਤੋ ਕੀ ਹੈ this poem is based on the idea that tree serve man in various way यानी कि दोस्तों ये कविता इस विचारता रहती है दरिद्रता कि درخت ਮਨੁੱਖ ਦੇ ਵੱਖ-ਵੱਖ ਤਰੀਕੇ ਨਾਲ ਕੰਮ ਵਿੱਚ ਆਉਂਦੀ ਹੈ ਠੀਕ ਹੈ ਜੀ ਦਾ वुड फ्रॉम ट्री इज यूज्ड इन विंटर फॉर ਵਾਰਮਥ ਠੀਕ ਹੈ ਜੀ ਦਰਖਤਾਂ ਤੋਂ ਪ੍ਰਾਪਤ लकड़ी जी है सू सर्दी के मौसम में गर्मी प्राप्त करने इस्तेमाल किया जाता है ठीक है ट्री प्रोवाइड शेड इन समर एंड जूसी फ्रूट्स टू ट्रैवल टू सटिस्फाइड देयर सटिस्फाइड थर्स्ट ठीक है जी ਤਾ ਗਰਮੀਆਂ ਵਿੱਚ ਦਰਖਤ ਤੋਂ ਛਾਂ ਮਿਲਦੀ ਹੈ ਅਤੇ ਮੁਸਾਫਰਾ ਨੂੰ ਜਿਹੜਾ ਹੈਗਾ ਰਸਦਾਰ ਫਲਾਂ ਦਾ ਜਿਹੜਾ ਹੈਗਾ ਵਾ ਪਿਆਸ 부ਜਾ ਕੇ ਤਸੱਲੀ ਹੁੰਦੀ ਹੈ ਅਗੇ ਬਿਲਡਿੰਗ ਬੋਰਸ ਫਰਨੀਚਰ ਯੂਜ਼ ਵੁੱਡ ਠੀਕ ਹੈ ਇਮਾਰਤਾਂ ਦੀ ਲਕਿਸ਼ਤੀਆਂ ਅਤੇ ਫਰਨੀਚਰ ਬਣਾਉਣ ਲਈ ਲੱਕੜੀ ਇਸਤੇਮਾਲ ਕੀਤੀ ਜਾਂਦੀ ਹੈ ਵੁੱਡ ਇਜ਼ ਯੂਜ਼ਡ ਬਾਈ men ਫਰੋਮ ਬਰਥ ਟੂ ਡੈਥ ਟਰੀ ਆਲਸੋ ਟੀਚ ਅਸ ਦਾ ਵੈਲਿਊ ਆਫ ਕੰਡੈਂਸ ਐਂਡ ਬਿਊਟੀ ਠੀਕ ਹੈ ਜੀ ਯਾਨਕਿ ਦੋਸਤੋ ਦਰਖਤ ਸਾਨੂੰ ਜਿਹੜਾ ਹੈਗਾ ਦਿਆਲਤਾ ਅਤੇ ਸੁੰਦਰਤਾ ਦਾ ਪਾਠ ਵੀ Uh, सिखाते हैं आह लेंड रहेगी उपर जन्म तो लैके मौत तक लकड़ी आदमी से कम आगे है।, है दोस्तों अपना ट्री अपील्स वैरी हंबल टू मैन नॉट हार्म टू डेम ठीक है जी यानी कि दोस्तों दरख बहुत ही निर्माता मनुखन अपील करते हैं कि वह दरख्त दरख्तों कोई नुकसान ना पहुँचा ठीक है आंसर हो गया तो हम दो दूसरा सेंट्रल आइडिया की सगा अपना हाँ जी दूसरा सगा दोस्तों द एकुइंग ग्रीन तो दोस्तों ये भी देखते हैं चलो तो दोस्तों देखो य एक्ुइंग ग्रीन द सेंट्रल आइडिया दिस पोइम इज अ लिटल आइडियल ऑफ अ हैप्पी पीस म्यूजिक ऑफ इन द पीसफुल कंट्री साइड ऑफ अ विलेज ग्रीन ऑन अ वार्म आफ्टरनून इन द स्प्रिंग ठीक है जी मतलब दोस्तों ये कविता एक पिंड के काव्या है ठीक है जी इस ਦਾ ਜਿਹੜਾ ਹੈਗਾ ਵਾ देयर इज ਬਸੰਤ ਰੁੱਤ ਵਿੱਚ ਪਿੰਡ ਦਾ ਹਰਾ ਭਰਾ ਮੈਦਾਨ ਠੀਕ ਹੈ ਜੀ ਹੈ ਅੱਗੇ ਹੈ ਦੋਸਤੋ ਆਪਣਾ ਯੰਗ ਬॉयਜ਼ ਐਂਡ 걸ਸ ਹੈਵ ਗੈਦਰ ਫੋਰ ਫਨ ਐਂਡ ਫਰੋਲਿਕ देयर ਪਲੇ ਠੀਕ ਹੈ ਜੀ ਜਿਸ ਵਿੱਚ ਦੋਸਤੋ ਖੇਡਦੇ ਹੋਏ ਬੱਚਿਆਂ ਦਾ ਸ਼ੋਰ ਅਤੇ ਪੰਛੀਆਂ ਦੇ ਚਹਿਚਹਣ ਦੀ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਠੀਕ ਹੈ ਜੀ ਤਾਂ ਆ ਦੇਖੋ ਲਿਖਿਆ ਹੈ ਨਾ ਫੋਰ ਰਿਕ ਦੇਪ ਸਮ 올ਡ ਮੈਨ ਲਾਈਕ ਜੌਨ ਆਰ ਸਿਟਿੰਗ ਅੰਡਰ ਓਕ ਟਰੀ ਠੀਕ ਹੈ ਜੀ ਤਾਂ ਦੋਸਤੋ ਕੀ ਹੈ ਹਾਂਜੀ ਤੇ ਹੋਰ ਜਿਹੜੇ ਇੱਥੇ ਹੋਰ ਵੀ ਲਿਖਿਆ ਹੈ ਦੋਸਤੋ ਕਿ ਆਪਣੇ ਜਿਹੜੇ ਹੈਗੇ ਬਾਲਕ ਅਤੇ ਬਾਲਿਕਾਵਾਂ ਖੇਡਣ ਦੇ ਲਈ ਇਕੱਠੇ ਹੋਏ ਹਨ ਠੀਕ ਹੈ ਜੀ ਯਾਨਕਿ 扬 ਬॉयਜ਼ ਐਂਡ ਗਰਲਸ ਹੈਵ ਗੈਦਰ ਫੋਰ ਫਨ ਠੀਕ ਹੈ ਐਂਡ ਫਲੋਰਿਟ ਥੇਅਰ ਪਲੇ ਤੇ ਅੱਗੇ ਦੋਸਤੋ ਆ ਸਮ 올ਡਰ men like ਜੌਨ ਆਰ ਸਿਟਿੰਗ ਅੰਡਰ ਦਾ ਓਕ ਟਰੀ ਠੀਕ ਹੈ ਜੀ 올ਡ ਜੌਨ ਵਰਗੇ ਬੁੱਢੇ ਆਦਮੀ ਠੀਕ ਹੈ ਜੀ ਉੱਥੇ ਬੈਠੇ ਹੋਏ ਬੱਚਿਆਂ ਨੂੰ ਦੇਖ ਰਹੇ ਹਨ ਠੀਕ ਹੈ ਜੀ ਤੇ ਆ ਦੇਖੋ ਦੋਸਤੋ ਅੱਗੇ ਕੀ ਲਿਖਿਆ ਹੋਇਆ ਆਪਣਾ ਮਦਰ ਆਫ ਅ ਚਿਲड्रन ਆਲਸੋ ਵਾਚ ਥੇਅਰ ਯੰਗਸ ਵਾਂਸ ਐਟ ਪਲੇ ਠੀਕ ਹੈ ਜੀ ਤੇ ਬੱਚਿਆਂ ਦੀਆਂ ਮਾਵਾ ਮਾਤਾਵਾ ਵੀ ਆਪਣੀਆਂ ਬੱਚਿਆਂ ਨੂੰ ਖੇលਦੇ ਹੋਏ ਦੇਖ ਰਹੀਆਂ ਹਨ ਠੀਕ ਹੈ ਜੀ ਦਾ ਓਪਨ ਗ੍ਰੀਨ ਸਪੇਸ ਆਫ ਅ ਪਲੇ ਗਰਾਉਂਡ ਕਮਸ ਅਲਾਈਵ ਵਿਦ ਚੀਰ ਫੁੱਲ ਸ਼ਾਊਟਸ ਆਫ ਚਿਲड्रन ਐਂਡ ਦਾ Song ਆਫ ਬਰਡਸ ਠੀਕ ਹੈ ਜੀ ਯਾਨਕੀ ਦੋਸਤੋ ਜਿਹੜੇ ਬੁੱਢੇ ਆਦਮੀਆਂ ਨੂੰ ਬੱਚਿਆਂ ਨੂੰ ਖੇਡਦੇ ਹੋਏ ਦੇਖਣਾ ਆਪਣਾ ਬਚਪਨ ਯਾਦ ਆਉਂਦਾ ਹੈ ਠੀਕ ਹੈ ਜੀ ਉਹ ਆਪਣੀਆਂ as the as the children play the old people watch them they are reminded of their childhood ਠੀਕ ਹੈ ਜੀ ਤਾਂ ਜਿਹੜੇ ਹੈਗੇ ਦੋਸਤੋ ਦੇਖ ਕੇ ਜਿਹੜਾ ਹੈਗਾ ਉਹਨਾਂ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਵਾ ਠੀਕ ਹੈ ਜੀ ਬੁੱਢਿਆਂ ਨੂੰ ਠੀਕ ਹੈ ਤੇ ਉਹ ਆਪਣੀਆਂ ਕੀ ਨੇ ਅੱਗੇ ਕੀ ਲਿਖਿਆ ਦੋਸਤੋ ਦੇ ਰਿਮਾਈਂਡਰਡ ਆਫ देयर ਚਾਈਲਡਹੂਡ 올ਡ ਪੀਪਲ ਫੋਰਗਟ ਦਾ ਪ੍ਰੋਬਲਮ ਆਫ देयर ਲਿਪਸ ਫੋਰ ਦਾ ਟਾਈਮ ਬੀਂਗ ਠੀਕ ਹੈ ਜੀ ਤਾਂ ਦੋਸਤੋ ਉਹ ਆਪਣੇ ਜੀਵਨ ਦੀਆਂ ਜਿਹੜੀਆਂ ਹੈਗੇ ਨੇ ਦੈਨਿਕ ਸਮੱਸਿਆਵਾਂ ਨੂੰ ਭੁੱਲ ਜਾਂਦੇ ਹਨ ਦਾ ਚਿਲड्रन ਗੋ ਬੈਕ ਹੋਮ ਐਟ ਦਾ ਸਨਸੈਟ ਤੇ ਮਤਲਬ ਦੋਸਤੋ ਇਹ ਹੈ ਕਿ ਸੂਰਜ ਜੇ ਛੁਪਣ ਤੇ ਜਿਹੜਾ ਹੈਗਾ ਵਾ ਬੱਚੇ ਆਪਣੇ ਆਪਣੇ ਘਰ ਚਲੇ ਜਾਂਦੇ ਹਨ ਤੇ 버ड्स ਗੋ ਟੂ देयर ਨੇਸਟ ਟੂ ਸਲੀਪ ਫॉर द ਨਾਈਟ ਪੰਛੀ ਆਪਣੇ ਜਿਹੜੇ ਹੈਗੇ ਘੋਸਲੇ ਵਿੱਚ ਚਲੇ ਜਾਂਦੇ ਹਨ ਤਾਂ ਕਿ ਉਹ ਸੋ ਸਕਣ ਜਾਂ ਫਿਰ ਆਰਾਮ ਕਰ ਸਕਣ ਇਸ ਤਰ੍ਹਾਂ ਠੀਕ ਹੈ ਜੀ ਤੇ ਦਾ ਪ੍ਰੈਜ਼ੈਂਸ ਆਫ ਚਿਲड्रन 버ड्स men ਐਂਡ women ਓਨ ਦਾ ਗਰਾਉਂਡ ਸ਼ੋ ਦਾ ਹਰਮੋਨੀ ਬੀਟਵੀਨ men ਐਂਡ ਨੇਚਰ ਠੀਕ ਹੈ ਜੀ ਐਕੁਇਨ ਗ੍ਰੀਨ ਤੇ ਬੱਚਿਆਂ ਪੰਛੀਆਂ ਔਰਤਾ ਤੇ ਆਪਣਾ ਪੁਰਖਾਂ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਮਨੁੱਖ ਅਤੇ ਕੁਦਰਤੀ ਵਿੱਚ ਠੀਕ ਹੈ ਕੋਆਰਡੀਨੇਸ਼ਨ ਹੈ ਯਾਨੀ ਕਿ ਤਾਲਮਿਲ ਹੈ ਤੇ ਹਾਂ ਦੋਸਤੋ ਦੇਖ ਸਕਦੇ ਹੋ ਇਹ ਪੰਜਾਬੀ ਦੇ ਵਿੱਚ ਵੀ ਦਿੱਤਾ ਹੋਇਆ ਹੈ ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ ਇਹਦੀ ਐਕਸਪਲੇਨੇਸ਼ਨ ਪੰਜਾਬੀ ਦੇ ਵਿੱਚ ਵੀ ਦਿੱਤੀ ਹੋਈ ਆ ਤੇ ਹੁਣ ਦੋਸਤੋ ਆਪਣਾ ਅਗਲਾ ਦੇਖੋ ਕੀ ਹੈ ਹਾਂਜੀ ਤਾਂ ਇਹ ਹੋ ਗਿਆ ਹੁਣ ਤੁਹਾਡਾ ਹੈ ਆਨਸਰ 3 ਕੁਐਸਚਨ ਇਨ 40 ਤੋਂ 50 ਵਰਡਸ ਠੀਕ ਹੈ ਜੀ ਤਾਂ ਦੇਖੋ ਦੋਸਤੋ ਪ੍ਰਸ਼ਨ ਕੀ ਹੈ ਹਾਊ ਡਿਡ ਮਿਸਿਸ ਸਪੂਤਾ ਜਿਹੜੀ ਹੈਗੀ ਆ ਹੈਲਪ ਫਿਲਿਪ ਇਨ ਦਾ ਚੈਪਟਰ ਆਫ ਦਾ ਮਾਰਚ ਕਿੰਗ ਮਤਲਬ ਦੋਸਤੋ ਮਿਸਿਸ ਸਪੂਟਾ ਨੇ ਫਿਲਿਪ ਦੀ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਸਹਾਇਤਾ ਕੀਤੀ ਤਾਂ ਦੋਸਤੋ ਚਲੋ ਅਨਸਰ ਦੇਖਦੇ ਆਂ ਇਹਦਾ ਆਹੀ ਅਨਸਰ ਆ ਠੀਕ ਹੈ ਜੀ ਫਿਲਿਪ ਟੋਲਡ ਹਿਸ 뮤직 ਟੀਚਰ ਪ੍ਰੋਫੈਸਰ ਸਪੂਟਾ ਦੈਟ ਹੀ ਡਿਡ ਨੋਟ ਹੈਵ ਅ ਕਲੀਨ ਵਾਈਟ ਸ਼ਰਟ ਫੋਰ ਦਾ ਕਨਸਰਟ ਠੀਕ ਹੈ ਜੀ ਯਾਨੀ ਕਿ ਦੋਸਤੋ ਫਿਲਿਪ ਆਪਣੇ ਸੰਗੀਤ ਦੇ ਅਧਿਆਪਕ ਪ੍ਰੋਫੈਸਰ ਸਪੂਟਾ ਨੂੰ ਦੱਸਿਆ ਕਿ ਉਸਦੇ ਕੋਲ ਕਨਸਰਟ ਵਿੱਚ ਪਾਉਣ ਲਈ ਸਾਫ਼ ਚਿੱਟੀ ਕਮੀਜ਼ ਨਹੀਂ ਹੈ ਠੀਕ ਹੈ ਜੀ ਤੇ ਅੱਗੇ ਲਿਖਿਆ ਹੈ ਦੋਸਤੋ ਮਿਸਿਸ ਸਪੂਟਾ ਟੋਲ ਅ ਮਿਸਟਰ ਸੌਰੀ ਮਿਸਟਰ ਉਸਪੀਟਾ ਮਿਸਟਰ ਠੀਕ ਹੈ ਜੀ ਤੇ ਇਥੇ ਮਿਸਿਸ ਆ ਉਸ ਦੀ ਘਰ ਵਾਲੀ ਦੀ ਗੱਲ ਹੋ ਰਹੀ ਹੈ ਇਥੇ ਮਿਸਟਰ ਉਸਪੀਟਾ ਟੋਲਡ ਹਿਮ ਗੋ ਟੂ ਹਿਸ ਵਾਈਫ ਐਂਡ ਆਸਕ ਫੋਰ ਅ ਸ਼ਾਟ ਠੀਕ ਹੈ ਜੀ ਤਾਂ ਮਿਸਟਰ ਉਸਪੀਟਾ ਨੇ ਕਿਹਾ ਕਿ ਉਹ ਉਸ ਦੀ ਪਤਨੀ ਦੇ ਕੋਲ ਜਾਵੇ ਅਤੇ ਉਸ ਤੋਂ ਇੱਕ ਕਮੀਜ਼ ਮੰਗ ਲਵੇ ਠੀਕ ਹੈ ਜੀ ਤੇ ਅੱਗੇ ਲਿਖਿਆ ਦੋਸਤੋ ਆਪਣਾ मिसिज स्पुटा क्यूकली बाउट वन ऑफ हर हजब वाइट शर्ट एंड फ्लिप फाउंड द शर्ट वेरी लार्ज फॉर हिम शी फाउंड बॉक्स ऑफ पिंस इन फ्यू मिनट्स हर स्मार्ट फिंगर्स पिंड इनो ट्रक्स हाँ जी ट्रक्स इन द दिटे दोस्तों शर्ट टू मेक इट फिट फ्लिप बोथ ऑफ दैम फेल्ट रिलेबड व्हेन द जॉब वॉज फिनिश्ड फ्लिप रैन बैक टू द स्कूल ठीक है जी मतलब दोस्तों यही है कि भाई आ, ਜਿਹੜਾ ਉਹਦਾ ਪ੍ਰੋਫੈਸਰ ਸੀਗਾ ਮਿਸਟਰ ਸਪੁਟਾ ਉਸਨੇ ਕਿਹਾ ਕਿ ਉਹ ਉਸਦੀ ਪਤਨੀ ਦੇ ਜਿਹੜੇ ਕੋਲ ਜਾਵੇ ਅਤੇ ਉਸ ਤੋਂ ਜਿਹੜਾ ਹੈਗਾ ਕਮੀਜ਼ ਮੰਗ ਲਵੇ ਮਿਸਟਰ ਸਪੁਟਾ ਦੀ ਜਲਦੀ ਹੀ ਦੋਸਤੋ ਫਿਰ ਜਿਹੜਾ ਹੈਗਾ ਵਾ ਆਪਣੀ ਪਤੀ ਦੀ ਇੱਕ ਜਿਹੜੀ ਹੈਗੀ ਚਿੱਟੀ ਕਮੀਜ਼ ਲੈ ਆਈ ਠੀਕ ਹੈ ਜੀ ਤੇ ਉਹ ਕਮੀਜ਼ ਫਲਿੱਪ ਦੇ ਆਕਾਰ ਤੋਂ ਬਹੁਤ ਵੱਡਾ ਸੀ ਉਸਨੇ ਪਿੰਸ ਦੀ ਜਿਹੜੀ ਹੈਗੀ ਮਦਦ ਨਾਲ ਜਿਹੜਾ ਹੈਗਾ ਵਾ ਪਿੰਸ ਦੇ ਮਤਲਬ ਇੱਕ ਡੱਬੀ ਕੱਢੀ ਠੀਕ ਹੈ ਜੀ ਤੇ ਉਸਦੀ ਮਦਦ ਨਾਲ ਦੋਸਤੋ ਕੀ ਕੀਤਾ ਚੈਂਟੇ ਮਿੰਟਾਂ ਵਿੱਚ ਉਸ ਦੀਆਂ ਉਸ ਤੋਂ ਗਲਾਂ ਨੇ ਦੋਸਤੋ ਕਮੀਜ਼ ਦੀਆਂ ਜਿਹੜੀ ਹੈਗੇ ਨੇ ਪਿੰਸ ਨਾਲ ਦੋਸਤੋ ਬਹੁਤ ਹੀ ਮੋੜ ਅ ਮਤਲਬ ਦੋਸਤੋ ਕੀ ਹੈ ਮਤਲਬ ਫਿੱਟ ਕਰਦਾ ਉਹਦੇ ਸਰੀਰ ਦੇ ਵਿੱਚ ਠੀਕ ਹੈ ਜੀ ਫਿੱਟ ਕਰਦਾ ਤੇ ਦੋਨਾਂ ਨੇ ਦੋਸਤੋ ਜਿਹੜੇ ਦੋਨਾਂ ਨੂੰ ਜਿਹੜੀ ਹੈਗੇ ਬਹੁਤ ਹੀ ਰਾਹਤ ਮਿਲੀ ਠੀਕ ਹੈ ਜੀ ਤੇ ਉਹਨਾਂ ਨੂੰ ਜਿਹੜੀ ਹੈਗੇ ਫਿਰ ਜਾ ਕੇ ਦੋਸਤੋ ਰਾਹਤ ਮਿਲੀ ਦੋਨਾਂ ਨੂੰ ਤੇ ਅੱਗੇ ਲਿਖਿਆ ਦੋਸਤੋ ਫਿਰ ਦੋਨਾਂ ਨੇ ਬਹੁਤ ਹੀ ਜਿਹੜੀ ਹੈਗੇ ਰਾਹਤ ਮਹਿਸੂਸ ਕੀਤੀ ਜਦੋਂ ਕੰਮ ਖਤਮ ਹੋ ਗਿਆ ਤੇ ਫਿਲਿਪ ਜਿਹੜਾ ਹੈਗਾ ਸਕੂਲ ਵੱਲੋਂ ਜਿਹੜਾ ਹੈਗਾ ਉਹ ਚਲਾ ਗਿਆ ਤੇ ਇਹਦੀ ਐਕਸਪਲੇਨੇਸ਼ਨ ਦੋਸਤੋ ਇੱਥੇ ਤੋਂ ਲੈ ਕੇ ਇੱਥੇ ਤੱਕ ਤੁਸੀਂ ਪੰਜਾਬੀ ਦੇ ਵਿੱਚ ਵੀ ਪੜ੍ਹ ਸਕਦੇ ਹੋ ਇੱਥੇ ਇਹ ਲਿਖੀ ਹੋਈ ਆ हाँ जी तो हूँ दोस्तों अगला प्रश्न देखते दे हैं अगला प्रश्न की है हाँ जी अगला प्रश्न है दोस्तों डिस्क्राइबड द टू काइंड्स ऑफ इंटेलीजेंस ऑन द अर्थ रोबर्स एंड पीपल के क्वेश्चन आता तो दोस्तों यह कट दो क्यों क्योंकि दोस्तों चैप्टर नहीं है अगर दोस्तों डिस्क्राइबड चैप्टर नहीं सिलेबस नहीं, नहीं है डिस्क्राइब द नरेटर एनकाउंटर विद द बस कंडक्टर ठीक है जी यानी कि कहानीकार की बस कंडक्टर ਜਿਹੜਾ ਹੈਗਾ ਮੁਲਾਕਾਤ ਬਾਰੇ ਦੱਸੋ ਤਾਂ ਦੋਸਤੋ ਦੇਖੋ ਅਨਸਰ ਆਹੀ ਹੈ ਤੁਹਾਡਾ ਪ੍ਰਸ਼ਨ ਡਿਸਕ੍ਰਾਈਬ ਦਾ ਨਰੇਟਰ এনਕਾਉਂਟਰ ਵਿਦ ਦਾ ਬੱਸ ਕੰਡਕਟਰ ਤਾਂ ਦੇਖੋ ਵਨ ਡੇ ਦਾ राइटर बोर्डेड अ बस ठीक है जी आ देख लो ਥੱਲੇ ਪੰਜਾਬੀ ਵੀ ਲਿਖੀ ਹੋਈ ਆ ਇੱਕ ਦਿਨ ਲੇਖਕ ਬਸ ਵਿੱਚ ਸਵਾਰ ਹੋਇਆ ਹੀ ਫਾਊਂਡਡ ਦੈਟ ਹੀ ਹੈਡ ਨੋ ਮਨੀ ਇਨ ਹਿਸ ਪਾਕਟ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਜਿਹੜੀ ਹੈਗਾ ਜੇਬ ਵਿੱਚ ਕੋਈ ਪੈਸਾ ਨਹੀਂ ਸੀ ਹੀ ਟੋਲਡ ਦਾ ਕੰਡਕਟਰ ਦੈਟ ਹੀ ਹੈਡ ਨੋ ਮਨੀ ਠੀਕ ਹੈ ਜੀ ਯਾਨਕਿ ਦੋਸਤੋ ਉਸਨੇ ਕੰਡਕਟਰ ਨੂੰ ਦੱਸਿਆ ਕਿ ਪੈਸੇ ਲਿਆਉਣ ਲਈ ਉਹ ਵਾਪਸ ਜਾਣਾ ਚਾਹੁੰਦਾ ਸੀ ਠੀਕ ਹੈ ਜੀ ਤੇ ਹੀ ਵਾਂਟਡ ਟੂ ਗੋ ਬੈਕ ਫੋਰ ਦਾ ਮਨੀ ਟੂ ਹਿਸ ਸਰਪ੍ਰਾਈਜ਼ ਦਾ ਕੰਡਕਟਰ ਟੋਲਡ ਹਿਮ ਦੈਟ ਹੀ ਡਿਡ ਨੋਟ ਨੀਡ ਗੋ ਬੈਕ ਫੋਰ ਮਨੀ he gave the writer uh, writer a ticket without demanding the fare theek hai ji yani ki dosto lekhak ne jehdi hai gi matlab dosto lekhak ne bahut hi hairani hui jab us nu jehda hai conductor ne dassya ki us nu paiseyan de layi wapas jane di zarurat nahi si conductor ne kiraya mange bagair lekhak nu ticket jehdi hai gi de deti theek hai ji te uske baad dosto ki likhya ohne haan ji he gave the ticket without han uh, ji the writer asked the conductor where he should uh, send it fair the conductor told the writer that he would see him on the routine same day the conductor ne jeha hai jawab ditta ki lekhak nu kisi din ohi route te ho mil javega tad oh de deyo in the meantime he found of a ceiling in his pocket and account was settled isne ਅੰਨੇ ਵਿੱਚ ਲੇਖਕ ਨੂੰ ਆਪਣੀ ਜੇਬ ਵਿੱਚ ਇੱਕ ਸਿਲਿੰਗ ਦਾ ਜਿਹੜਾ ਹੈਗਾ ਸਿਲਿੰਗ ਮਿਲਿਆ ਤੇ ਉਸਨੇ حساب ਚੁਕਾ ਦਿੱਤਾ ਠੀਕ ਹੈ ਜੀ ਤਾਂ ਕੰਡਕਟਰ ਬਿਹੇਵਰ ਲੇਫਟ ਆ ਵਰy ਗੁੱਡ ਇਮਪ੍ਰੈਸ਼ਨ ਔਨ ਦਾ ਰਾਈਟਰ ਠੀਕ ਹੈ ਜੀ ਤਾਂ ਕੰਡਕਟਰ ਦੇ ਵਰਤਾਵ ਨੇ ਜਿਹੜਾ ਹੈਗਾ ਲੇਖਕ ਤੇ ਜਿਹੜਾ ਹੈਗਾ ਬਹੁਤ ਹੀ ਚੰਗਾ ਅਸਰ ਪਾਇਆ ਠੀਕ ਹੈ ਜੀ ਤਾਂ ਇਹ ਇਸ ਦੇ ਵਿੱਚ ਲਿਖਿਆ ਹੋਇਆ ਬਾਕੀ ਆਹ ਐਕਸਪਲੇਨੇਸ਼ਨ ਦੇਖ ਲਓ ਪੰਜਾਬੀ ਦੇ ਵਿੱਚ ਇੱਥੇ ਆਹ ਲਿਖੀ ਹੋਈ ਆ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਆਪਣਾ ਹਾਂਜੀ ਐਕਸਪਲੇਨ ਇਨ ਦਾ ਬਰੀਫ ਦਾ ਕੰਡੀਸ਼ਨ ਇਨ ਵਿੱਚ ਟੂ ਬੋਇਜ਼ ਠੀਕ ਹੈ ਜੀ मतलब दोस्तों यदि आह फुल क्वेश्चन यही आ कि भाई एक्सप्लेन इन द ब्रीफ कंडीशन इन विच टू बॉयज ग्र्यू अप ग्रिउ अपना इतने यानी कि संखेप मतलब ओह हालात का जोड़ा है वर्णन करो जिन्होंने हालातों दोनों लड़के व्डे हुए सन ठीक है जी तो देखो दोस्तों आही प्रश्न अपना ठीक है जी संखेप यानी कि एक्सप्लेन इन द ब्रीफ कंडीशन ऑफ विच इन विच द टू बॉयज़ ग्रू अप ਤਾਂ ਦੇਖੋ ਦੋਸਤੋ ਦਾ ਟੂ ਬॉयਜ਼ ਲੈਡ ਅ ਬੈਰੀ ਮਿਸਰੇਬਲ ਲਾਈਫ ਆਫਟਰ ਦਾ ਡੈਥ ਆਫ देयर ਵਿਡੋਵਰ ਫਾਦਰ ਠੀਕ ਹੈ ਜੀ ਯਾਨੀ ਕਿ ਦੋਸਤੋ ਆਪਣੇ ਪਿਤਾ ਆਪਣੇ ਵਿਦੂਰ ਪਿਤਾ ਦੀ ਮੌਤ ਦੇ ਬਾਅਦ ਦੋਨੋਂ ਲੜਕਿਆਂ ਦੇ ਜੀਵਨ ਵਿੱਚ ਜੀਵਨ ਵਿੱਚ ਦੁੱਖ ਸੀ ਠੀਕ ਹੈ ਜੀ ਤੇ ਇਨ in their childhood they lived a comfortable and cultured life ਠੀਕ ਹੈ ਜੀ ਇਸ ਤੋਂ ਪਹਿਲਾਂ ਉਹ ਜਿਹੜੇ ਆਪਣੇ ਬਚਪਨ ਵਿੱਚ ਉਹ ਆਰਾਮਦਾਇਕ ਅਤੇ ਸੱਭਿਅ ਜੀਵਨ ਬਿਤਾਉਂਦੇ ਸੀ ਠੀਕ ਹੈ ਜੀ ਦਾ ਸਿਸਟਰ ਵਾਂਟਡ ਟੂ ਟ੍ਰੇਨ ਅ ਸਿੰਗਰ ਠੀਕ ਹੈ ਜੀ ਵਾਂਟਡ ਟੂ ਟ੍ਰੇਨ ਅ ਸਿੰਗਰ ਯਾਨੀ ਕਿ ਉਹਨਾਂ ਦੀ ਭੈਣ ਗੀਤਕਾਰ ਬਣਨਾ ਜਿਹੜੀ ਹੈਗੀ ਆ ਚਾਹੁੰਦੀ ਸੀ ਠੀਕ ਹੈ ਤੇ ਦਾ देयर ਲਾਈਫ ਬਿਕਮ ਵੈਰੀ ਮਿਸਰੇਬਲ ਇਨ ਦਾ ਬੋਰ ਯੁੱਧ ਦੇ ਦੌਰਾਨ ਦੋਸਤੋ ਉਹਨਾਂ ਦਾ ਜੀਵਨ ਜਿਹੜਾ ਹੈਗਾ ਵਾ ਦੁੱਖਾਂ ਨਾਲ ਜਿਹੜਾ ਹੈਗਾ ਦੋਸਤੋ ਆਪਣਾ ਹਾਂਜੀ ਆ ਦੇਖੋ ਦੁੱਖਾਂ ਨਾਲ ਭਰ ਗਿਆ ਤੇ ਅੱਗੇ ਹੈ ਦੋਸਤੋ ਦਾ देयर ਹੋਮ ਵਾਸ ਬੰਬਡ ਇਨ ਵੇਰੋਨਾ ਐਂਡ ਕੰਪਲੀਟਲੀ ਡਿਸਟਰੋਇਡ ਠੀਕ ਹੈ ਜੀ ਸੋ ਦੇ ਬਿਕਮ ਹੋਮਲੈਸ ਠੀਕ ਹੈ ਜੀ ਯਾਨੀ ਕਿ ਦੋਸਤੋ ਇਸ ਲਈ ਜਿਹੜਾ ਹੈਗਾ ਉਹ ਕੀ ਹੋਇਆ ਉਹਨਾਂ ਦਾ ਘਰ ਜਿਹੜਾ ਹੈਗਾ ਵਾ ਬੰਬਾਰੀ ਵਿੱਚ ਨਸ਼ਟ ਹੋ ਗਿਆ ਇਸ ਲਈ ਦੋਸਤੋ ਉਹ ਬਿਲਕੁਲ ਬੇਕਾਰ ਹੋ ਗਏ ਠੀਕ ਹੈ ਜੀ ਬਿਕਮ ਹੋਮਲੈਸ ਦੇ ਹੈਡ to suffer from a uh, starvation and exposure uh, to the tribal winter in verona thik hai ji unna nu dosto bhukha rehna penda si ate fir unna di sakh sardi jehdi hai gayi chalni pendi si thik hai ji this made them angry thik hai te matlab dosto ki hai isse to ho gusse si ge ਠੀਕ ਹੈ ਜੀ ਤੇ ਅੱਗੇ ਲਿਖਿਆ ਹੋਇਆ ਦੋਸਤੋ ਆਪਣਾ ਦੇ ਬਿਕਮ ਸਪਾਈਸ ਫॉर द ਅਸਿਸਟੈਂਟ ਗਰੁੱਪ ਠੀਕ ਹੈ ਜੀ ਉਹ ਹਰ ਹਫਤੇ ਜਿਹੜੀ ਹੈਗੀ ਆ ਭੈਣ ਨੂੰ ਮਿਲਣ ਹਸਪਤਾਲ ਜਿਹੜੇ ਨਹੀਂ ਨਹੀਂ ਇਸ ਦੇ ਲਈ ਦੋਸਤੋ ਕੀ ਹੈ ਫਿਰ ਉਹ ਜਿਹੜਾ ਹੈਗਾ ਖਿਲਾਫਤ ਗਰੁੱਪ ਦੇ ਲਈ ਜਾਸੂਸ ਬਣ ਗਏ ਠੀਕ ਹੈ ਇੱਥੇ ਹਾਂ ਲਿਖਿਆ ਹੋਇਆ ਵਾ ਦੇ ਬਿਕਮ ਸਪਾਈਸ ਫॉर द ਅਸਿਸਟੈਂਸ ਗਰੁੱਪ ਦੇ ਫੇਸਡ ਰਿਸਕ ਠੀਕ ਹੈ ਤਾਂ ਦੋਸਤੋ ਕੀ ਹੈ ਫਿਰ ਇਸ ਲਈ ਉਹ ਉਹਨਾਂ ਨੇ ਖਤਰੇ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਤੇ ਦੇ ਵਿਜ਼ਿਟਡ देयर ਸਿਸਟਰ ਐਵਰੀ ਵੀਕ ਇਨ ਦਾ ਹਸਪੀਟਲ ਐਂਡ ਪੇਡ ਹਰ ਡਿਊਜ਼ ਦੁਦਾ ਹਸਪੀਟਲ ਦਾ ਆਥਰ ਫਾਊਂਡ 3 ਸਿਬਲਿੰਗਸ ਆਫ ਹੈਪੀ ਫੈਮਿਲੀ ਠੀਕ ਹੈ ਜੀ ਮਤਲਬ ਦੋਸਤੋ ਉਹ ਹਰ ਹਫਤੇ ਹੈ ਜਿਹੜਾ ਆਪਣੀ ਭੈਣ ਨੂੰ ਮਿਲਣ ਲਈ ਆ ਦੇਖੋ ਉਹ ਆਪਣੀ ਹਰ ਹਫਤੇ ਜਿਹੜਾ ਆਪਣੀ ਭੈਣ ਨੂੰ ਮਿਲਣ ਲਈ ਹਸਪਤਾਲ ਜਾਂਦੇ ਸੀ ਅਤੇ ਆਪਣੀ ਭੈਣ ਦੇ ਇਲਾਜ ਦਾ ਖਰਚਾ ਦਿੰਦੇ ਸੀ ਲੇਖਕ ਨੇ ਮਹਿਸੂਸ ਕੀਤਾ ਯਾਨੀ ਕਿ ਦੋਸਤੋ ਆ ਦੇਖੋ ਦਾ ਆਥਰ ਫਾਊਂਡ ਦਾ 3 ਸਿਬਲਿੰਗ ਆ ਹੈਪੀ ਫੈਮਿਲੀ ਠੀਕ ਹੈ ਜੀ आ भी लिख लिखो पेड हर ड्यूज टू द हॉस्पिटल ठीक है जी तो लेखक ने जो है महसूस किया कि तेने भैन भराव एक खुश परिवारों अगला दोस्तों प्रश्न की है औचुमलोभ टुक ऑफ और पुट ऑन तो इज कोट विद एवरी न्यू स्टेटमेंट व्हाट डज दिस शो ठीक है जी मतलब दोस्तों की ओचुमलोभ जो हर नवे बयान के न कोट उतार पहनता सह की दर्शाता है ठीक है जी तो दोस्तों चलो आंसर देखते हैं इसका आ देखो अभी असी लिया है तो देखो दोस्तों दोस्तो ओचलियोम जो ठीक है जी आ, हर आही अपना क्वेश्चन है ठीक है तो ओचलियोम इज एन अ टर्न अ कोट ठीक है जी ओचलेोम एक दल बदलू है ठीक है जी ही आस्कड ऑफ हर ऑफ और पुट्स ऑन हिज कोट अकॉर्डिंग टू द टर्न ऑफ इवेंट्स ठीक है जी यानी कि दोस्तों घटनावान अनुसार अपना जो है दोस्तों की uh, है कोट पहन उतारता है ठीक है जी ਤੇ ਅੱਗੇ ਲਿਖਿਆ ਹੈ ਦੋਸਤੋ when harquon tells him that a street dog has bitten him ਯਾਨੀ ਕਿ ਦੋਸਤੋ ਜਦ ਹਰਕਿਊਨ ਉਸ ਨੂੰ ਦੱਸਦਾ ਹੈ ਕਿ ਗਲੀ ਦੇ ਇੱਕ ਕੁੱਤੇ ਨੇ ਉਸ ਨੂੰ ਕੱਟਿਆ ਹੈ ਤਾਂ ਉਹ ਚਲੋ ਜਿਹੜਾ ਹੈਗਾ ਐਲਾਨ ਕਰਦਾ ਹੈ ਕਿ ਉਹ ਲੋਕਾਂ ਨੂੰ ਸਬਕ ਸਿਖਾਏਗਾ ਕਿ ਜਿਹੜੇ ਕੁੱਤੇ ਜਿਹੜੇ ਹੈਗਾ ਰੱਖਣ ਦਾ ਮਤਲਬ ਕੀ ਹੁੰਦਾ ਹੈ ਠੀਕ ਹੈ ਜੀ यानी कि टेल्स हिम सट्रीट डॉग हैज़ बिटन हिम ठीक है जी वेन हरक्यून टेल्स हिम दैट सट्रीट डॉग हैज बिटन हिम त्यूम डिक्लोरस दैट ही आ, विल आ, टीच द पीपल वट इट मीन टू तो कीप डॉग्स ठीक है जी उ कि सबक सिखाएगा कुत्ते का की होंगे है अगे है दोस्तों अपना की लिखिया हाँ जी when he become to know that dog belongs the general jiglob ঠিক ਹੈ ਜੀ ਤੇ দোস্তੋ ਫਿਰ ਕੀ ਹੈ ਜਦ ਉਸ ਨੂੰ ਪਤਾ ਚੱਲਦਾ ਹੈ ਕਿ ਕੁੱਤਾ ਜਿਹੜਾ ਜਨਰਲ ਜਿਗਲੋਬ ਦਾ ਹੈ ਤਾਂ ਉਹ দোস্তੋ ਫਿਰ ਕੀ ਹੈ ਹੀ ਆਸਕ ਇਲਡ੍ਰੀਨ ਟੂ ਹੈਲਪ ਹਿਮ ਆਫ ਵਿਦ ਹਿਸ ਕੋਟ ঠিক ਹੈ ਜੀ ਤਾਂ দোস্তੋ ਉਹ ਇਲਡਰੀ ਨੂੰ ਉਸ ਦਾ ਜਿਹੜਾ ਹੈਗਾ ਕੋਟ ਉਤਾਰਨ ਵਿੱਚ ਮਦਦ ਕਰਨ ਨੂੰ ਕਹਿੰਦਾ ਹੈ ਤੇ ਅੱਗੇ ਹੈ দোস্তੋ ਹੀਸ ਕੋਲਡ ਹਰਕਿਊਨ ਆਲਸੋ फोर हरैसिंग द डॉग ठीक है जी तो दोस्तों होते परेशान करने लिये भी डांटता है ठीक है जी तो अगे लिखे दोस्तों ही सेंड द डॉग टू द जनरल हाउस तो फिर दोस्तों वह जो है कुत्ता जनरल के घर भेज दिता है तो अगर लिखे दोस्तों हिज एम टू विन द गुड ओपीनियन ऑफ द जरनल ठीक है जी तो उसका उद्देश्य दोस्तों जरल की अपने बारे चंकी राय जितना है तो इस आंसर हो गया अगला प्रश्न दोस्तों की है हाउ डिड द ऑथर डिस्क्राइब द शॉप ऑनड बाय दत्ता ठीक है जी यानी कि लेखक ने दत्ता की दुकान का वर्णन किमें किया तो दोस्तों आंसर देखो यदा आ रहा ठीक है जी तो लेखक ने दत्ता की दुकान का वर्णन किमें किया तो देखो दोस्तों द नेम ऑफ दत्ता शॉप वाज द मॉडर्न फ्रेम वर्कस ठीक है जी यानी कि दत्ता की दुकान द नाम जो है द मॉडर्न फ्रेम वर्क सी ठीक है जी इट वाज एक्चुअली एन एक्सट्रा लार्ज वुडन ਪੈਕਿੰਗ ਕੇਸ ਠੀਕ ਹੈ ਜੀ ਅਸਲ ਵਿੱਚ ਦੋਸਤੋ ਉਹ ਇੱਕ ਬਹੁਤ ਵੱਡਾ ਲੱਕੜ ਦਾ ਜਿਹੜਾ ਹੈਗਾ ਵਾ ਬਣਿਆ ਪੁਲੰਦਿਆ ਦਾ ਡਿੱਬਾ ਸੀ ਠੀਕ ਹੈ ਜੀ ਅੱਗੇ ਹੈ ਦੋਸਤੋ ਇਟ ਸਟੂਡ ਔਨ ਅ ਸ਼ੈਕੀ ਲੈਕਸ ਬਟਵੀਨ ਅ ਡਰਗਸ ਸਟੋਰ ਐਂਡ ਰੇਡੀਓ ਰਿਪੇਅਰ ਸ਼ਾਪ ਠੀਕ ਹੈ ਜੀ ਯਾਨੀ ਕਿ ਦੋਸਤੋ ਇਹ ਦਵਾਈਆਂ ਅਤੇ ਜਿਹੜਾ ਹੈਗਾ ਵਾ ਦਵਾਈਆਂ ਦੇ ਸਟੋਰ ਅਤੇ ਰੇਡੀਓ ਮੁਰੰਮਤ ਕਰਨ ਵਾਲੀ ਦੁਕਾਨ ਦੇ ਵਿਚਕਾਰ ਹਿੱਲਿਆ ਹੋਇਆ ਲੱਤਾਂ ਉੱਪਰ ਖੜਾ ਸੀ ਠੀਕ ਹੈ ਜੀ ਤੇ ਅੱਗੇ ਲਿਖਿਆ ਹੈ ਦੋਸਤੋ ਆਪਣਾ ਹਾਂਜੀ ਕਾਰਡਬੋਰਡ ਪੀਸਿਸ ਬਿਟਸ ਆਫ ਵੁੱਡ ਠੀਕ ਹੈ ਜੀ ग्लास शीट्स बॉक्सेस ऑफ नेल्स ग्लू बॉटल्स पेंट टिन्स एंड अदर ऑड्स एंड 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 सो वेयर लाइंग इन अ कंफ्यूज्ड स्टेट देयर ठीक है जी यानी कि दोस्तों गत्तियां दे टुकडे लकड़ दे टुकडे शीशे दीयां सीटां किल्लां दे डब्बे श्रेषस दीयां जेडी हैगे ने अपनीया बोतला पेंट दीयां डिब्बियां ते और छोटी-बटियां चीजयां उथे जेडी हैगे उलझन दी स्थिति विच पइयां सता यही इज द आंसर हो गया अगला दोस्तों देखो की डिस्कस द एप्रोप्रिअंश द ऑफ द टाइटल ऑफ द स्टोरी द

ਜਿਹੜੀ ਹੈਗੀ ਇਸ ਦੇ ਵਿਸ਼ੇ ਤੇ ਪਕੜ ਹੋਣੀ ਚਾਹੀਦੀ ਹੈ ਦਾ ਟਾਈਟਲ ਰੈਫਰਸ ਟੂ ਦਾ 올ਡ ਮੈਨ ਇਨ ਦਾ ਸਟੋਰੀ ਠੀਕ ਹੈ ਜੀ ਕਹਾਣੀ ਦੀ ਘਟਨਾਵਾਂ ਤੇ ਪ੍ਰਕਾਸ਼ ਪਾਉਣਾ ਚਾਹੀਦਾ ਹੈ ਇਹ ਸਿਰਲੇਖ ਕਹਾਣੀ ਵਿੱਚ ਬੁੱਢੇ ਆਦਮੀ ਨਾਲ ਦੋਸਤੋ ਸਬੰਧਿਤ ਹੈ ਅੱਗੇ ਦੋਸਤੋ ਹੀ ਇਜ਼ ਬਰਡਨਡ ਬਾਈ ਇਜ਼ ਅ ਪਰਸਨਲ ਸੌਰਵ ਜਿਸ ਐਲਡਸਟਰ ਕਰਮ ਸਿੰਘ ਰੀਸੈਂਟਲੀ ਡਾਈ ਹੀ ਹੀ ਹੈਜ਼ ਟੇਕ ਕੇਅਰ ਆਫ ਹਿਸ ਡਾਟਰ ਇਨ ਲਾਅ ਐਂਡ ਹਿਸ ਗ੍ਰੈਂਡਸਨ ਠੀਕ ਹੈ ਜੀ ਉਹ ਆਪਣੇ ਜਾਤੀਏ ਦੁੱਖ ਤੇ ਬੋਝ ਥੱਲੇ ਜਿਹੜਾ ਹੈਗਾ ਦੱਬਿਆ ਹੋਇਆ ਹੈ ਉਸ ਦਾ ਜਿਹੜਾ ਹੈਗਾ ਵੱਡਾ ਬੇਟਾ ਵਾਲੀ ਵਿੱਚ ਜਿਹੜਾ ਹੈਗਾ ਦੋਸਤੋ ਮਾਰਿਆ ਮਰਿਆ ਗਿਆ ਹੈ ਠੀਕ ਹੈ ਜੀ ਉਸਨੇ ਆਪਣੇ ਪੋਤੇ ਅਤੇ ਨੂ ਦਾ ਜਿਹੜਾ ਹੈਗਾ ਧਿਆਨ ਰੱਖਣਾ ਹੈ ਠੀਕ ਹੈ ਜੀ ਮਾਨ ਸਿੰਘ ਰਾਈਟਲੀ ਕੰਪੇਅਰ ਹਿਮ ਵਿਦ ਮਿਥਿਕਲ ਬੁੱਲੂ ਹੋ ਕੇ ਇਜ਼ ਔਨ ਇਟਸ ਹੈਡ ਸ਼ੀ ਹਾਂਜੀ ਦਾ ਬਰਡਨ ਆਫ ਦਾ ਹੋਲ ਅਰਥ ਠੀਕ ਹੈ ਜੀ ਮਾਨਸਿਕ ਠੀਕ ਹੀ ਉਸਦੀ ਤੁਲਨਾ ਜਿਹੜਾ ਹੈਗਾ ਉਸ ਮਿਥਿਕ ਬੱਲ ਨਾਲ ਕਰਦਾ ਹੈ ਜਿਸ ਨੇ ਸਾਰੀ ਜ਼ਮੀਨ ਦਾ ਬੋਝ ਆਪਣੀ ਸਿਰ ਉਤੇ ਚੁੱਕਿਆ ਹੋਇਆ ਹੈ ਤਾਂ ਹੀ ਇਸ ਦਾ ਆਨਸਰ ਹੋ ਗਿਆ ਅਗਲਾ ਦੋਸਤੋ ਹੁਣ ਪ੍ਰਸ਼ਨ ਕੀ ਹੈ हाँ जी अगला दोस्तों तो है राइट ब्रीफ करैक्टर स्कैच ऑफ हसन इन सौ तो लैके एक सौ भी, दे भी दोस्तों देखो आ हसन का करैक्टर स्कैचता देखो हसन प्रिंट हसन अटेंडेंस प्रॉब्लम दे देखो दोस्तों सब तो पहला की है ਹਾਂਜੀ ਹਸਨ ਵਾਸ ਅ ਟਾਲ ਹੈਂਡਸਮ ਐਂਡ ਬ੍ਰਾਈਟ ਬੋਏ ਠੀਕ ਹੈ ਜੀ ਹਸਨ ਇੱਕ ਉੱਚਾ ਸੁੰਦਰ ਅਤੇ ਹੁਸ਼ਿਆਰ ਲੜਕਾ ਸੀ ਹੀ ਵਾਸ ਅ ਸਟੂਡੈਂਟ ਆਫ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਹੀ ਹੈਡ ਅ ਵੈਰੀ ਗੁੱਡ ਮੈਮਰੀ ਠੀਕ ਹੈ ਜੀ ਹੀ ਉਹ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ਦਾ ਵਿਦਿਆਰਥੀ ਸੀ ਉਸਦਾ ਬਹੁਤ ਹੀ ਚੰਗਾ ਯਾਦਦਾਸ਼ਤ ਸ਼ਕਤੀ ਸੀਗੀ ਠੀਕ ਹੈ ਜੀ ਹੀ ਬਿਲੋਂਗਡ ਟੂ ਅ ਰਿਚ ਫੈਮਿਲੀ ਠੀਕ ਹੈ ਜੀ ਉਹ ਦੋਸਤੋ ਜਿਹੜਾ ਹੈਗਾ ਅਮੀਰ ਪਰਿਵਾਰ ਨਾਲ ਜਿਹੜਾ ਹੈਗਾ ਦੋਸਤੋ ਸਬੰਧ ਰੱਖਦਾ ਸੀ ਤੇ ਅਕੇ ਲਿਖਿਆ ਦੋਸਤੋ ਹੀ ਵਾਸ ਦਾ ਓਨਲੀ ਸਨ ਆਫ ਹਿਸ ਪੇਰੈਂਟ ਯਾਨੀ ਕਿ ਦੋਸਤੋ ਆਪਣੇ ਮਾਪੇ ਦਾ ਇਕੋ ਹੀ ਇੱਕ ਜਿਹੜਾ ਹੈਗਾ ਪੁੱਤਰ ਸੀ ਅੱਗੇ ਦੋਸਤੋ ਹੀ ਵਾਸ ਨੋਟ ਰੈਗੂਲਰ ਇਨ ਹਿਸ ਸਟੱਡੀ ਠੀਕ ਹੈ ਜੀ ਉਹ ਆਪਣੀ ਪੜਾਈ ਵਿੱਚ ਮਤਲਬ ਦੋਸਤੋ ਕੀ ਸੀ ਲਗਾਤਾਰ ਨਹੀਂ ਕਰਦਾ ਹੁੰਦਾ ਸੀ ਮਤਲਬ ਨਿਯਮਬੁੱਧ ਨਿਯਮਬੁੱਧ ਨਹੀਂ ਸੀਗਾ ਠੀਕ ਹੈ ਜੀ ਤੇ ਅੱਗੇ ਦੋਸਤੋ ਹੀ ਵਾਸ ਹਾਰਡਲੀ ਏਵਰ ਪ੍ਰੈਜ਼ੈਂਟ ਇਨ ਦਾ ਕਲਾਸ ਠੀਕ ਹੈ ਜੀ ਉਹ ਕਲਾਸ ਵਿੱਚ ਬਹੁਤੀ ਘੱਟ ਹਾਜ਼ਰ ਹੁੰਦਾ ਸੀ ਤੇ ਅੱਗੇ ਲਿਖਿਆ ਹੋਇਆ ਦੋਸਤੋ ਹੀ ਆਲਵੇਜ਼ ਫੈਲ ਸ਼ਾਰਟ ਆਫ اٹੈਂਡੈਂਸ ਠੀਕ ਹੈ ਜੀ ਯਾਨੀ ਕਿ ਦੋਸਤੋ ਕੀ ਹੈ ਉਹ ਜਿਹੜੀ ਉਸ ਦੀ ਹਾਜ਼ਰੀ ਆ ਹਮੇਸ਼ਾ ਘਟ ਜਾਂਦੀ ਸੀ ਠੀਕ ਹੈ ਤੇ ਬਿੰਗ ਅ ਬਰਾਇਟ ਹੀ ਊਡ ਆਲਵੇਸ ਗੈਟ ਅ ਫਰਸਟ ਕਲਾਸ ਇਨ ਦਾ ਐਗਜ਼ਾਮੀਨੇਸ਼ਨ ਠੀਕ ਹੈ ਜੀ ਤਾਂ ਹੁਸ਼ਿਆਰ ਹੋਣ ਕਰਕੇ ਉਹ ਦੋਸਤੋ ਪੂਰੀ ਪ੍ਰੀਖਿਆ ਵਿੱਚੋਂ ਪਹਿਲੀ ਸ਼੍ਰੇਣੀ ਵਿੱਚ ਜਿਹੜਾ ਹੈ ਹਾਸਲ ਕਰ ਲੈਂਦਾ ਠੀਕ ਹੈ ਜੀ ਤੇ ਅੱਗੇ ਲਿਖਿਆ ਹੈ ਦੋਸਤੋ ਹੀ ਊਡ ਸਪੈਂਡ 올 ਨਾਈਟ ਸੌਰੀ ਹਸਨ ਡਿਡ ਨੋਟ ਵੈਲਿਊ ਟਾਈਮ ਠੀਕ ਹੈ ਜੀ ਹਸਨ ਸਮੇਂ ਦੀ ਕਦਰ ਨਹੀਂ ਜਾਣਦਾ ਹੀ ਊਡ ਸਪੈਂਡ 올 ਨਾਈਟ ਲਿਸਨਿੰਗ ਟੂ 뮤직 অর ਚੈਟਿੰਗ ਵਿਦ ਹਿਸ ਫਰੈਂਡ ਫਰੈਂਡਸ ਯਾਨੀ ਕਿ ਦੋਸਤੋ ਕੀ ਹੈ ਉਹ ਸਾਰੀ ਰਾਤ ਸੰਗੀਤ ਸੁਣਨ ਜਾਂ ਫਿਰ ਆਪਣੇ ਦੋਸਤਾਂ ਨਾਲ ਗੱਲਾਂ ਮਾਰਨ ਵਿੱਚ ਬਤੀਤ ਕਰ ਦਿੰਦਾ ਸੀ ਠੀਕ ਹੈ ਜੀ ਤੇ ਹੀ 슬lept at 6 in the morning ਠੀਕ ਹੈ ਜੀ ਉਹ ਸਵੇਰੇ 6 ਵਜੇ ਸੌਂਦਾ ਸੀ ਠੀਕ ਹੈ ਤੇ ਅੱਗੇ ਲਿਖਿਆ ਹੈ ਦੋਸਤੋ ਆਪਣਾ He कंटिन्यू his ways in later life also ठीक है कि बई उस देर तरीके जो है बाद दे जीवन भी जारी रहे he would get up late and was very lazy after a lot of pressure from his parents he took up a job ठीक है जी मतलब दोस्तों की है वह देर ना उठाते बहुत ही जरा सुस्त है जी तो उसके होर है के तरीके जीवन मतलब ਉਸਦੇ ਇਹ ਜਿਹੜੇ ਤੌਰ ਤਰੀਕੇ ਨੇ ਬਾਅਦ ਦੇ ਜੀਵਨ ਵਿੱਚ ਵੀ جاری ਰਹੇ ਠੀਕ ਹੈ ਜਿਹੜਾ ਦੇਰ ਨਾਲ ਉੱਠਦਾ ਤੇ ਸੁਸਤੇ ਰਹਿੰਦਾ ਸੀਗਾ ਮਾਤਾ ਪਿਤਾ ਦੇ ਬਹੁਤ ਜ਼ਿਆਦਾ ਦਬਾਅ ਪਾਉਣ ਕਰਕੇ ਉਸਨੇ ਨੌਕਰੀ ਕਰ ਲਈ ਠੀਕ ਹੈ ਅੱਗੇ ਹੈ ਦੋਸਤੋ ਨੋ ਬੋਡੀ ਲਾਈਕਡ ਹਿਮ ਫੋਰ ਇਸ ਬਿਹੇਵੀਅਰ ਠੀਕ ਹੈ ਜੀ ਉਸਦੇ ਵਿਹਾਰ ਕਾਰਨ ਉਸ ਨੂੰ ਜਿਹੜਾ ਕੋਈ ਪਸੰਦ ਨਹੀਂ ਕਰਦਾ ਸੀ ਨੋ ਏਮਪਲੋਇਰ ਵੁੱਡ ਕੀਪ ਅ ਸਚ ਐਨ ਏਮਪਲੋਏ ਠੀਕ ਹੈ ਜੀ ਤੇ ਕੀ ਲਿਖਿਆ ਦੋਸਤੋ ਇੱਥੇ ਆਪਣਾ ਜਿਹੜੀ ਵੀ ਦੋਸਤੋ ਨੌਕਰੀ ਉਸ मतलब ਕੋਈ ਵੀ ਜਿਹੜਾ ਹੈਗਾ ਮਾਲਿਕ ਕੋਈ ਵੀ ਜਿਹੜਾ ਹੈਗਾ ਦੋਸਤੋ ਉਸ ਨੂੰ ਜਿਹੜਾ ਪਸੰਦ ਨਹੀਂ ਸੀ ਕਰਦਾ ਸੀਗਾ ਕੋਈ ਵੀ ਮਾਲਿਕ ਵੀ ਮਾਲਕ ਅਜਿਹੇ ਕਰਮਚਾਰੀ ਨੂੰ ਰੱਖਣਾ ਨਹੀਂ ਚਾਹੇਗਾ ਠੀਕ ਹੈ ਜੀ ਤੇ ਅੱਗੇ ਲਿਖਿਆ ਦੋਸਤੋ ਹੀ ਲੋਸਟ ਵਟ ਏਵਰ ਜੌਬ ਹੀ ਟੁਕ ਅਪ ਹਿਸ ਟੀਚਰ ਬਾਸ ਸੌਰੀ ਫੋਰ ਹਿਮ ਵੀ ਪੀਟੀ ਹਿਸ ਮਿਸਰੇਬਲ ਫਲਾਈ ਠੀਕ ਹੈ ਜੀ ਤਾਂ ਮਤਲਬ ਦੋਸਤੋ ਹੀਆ ਵੀ ਜਿਹੜੀ ਵੀ ਉਸਨੇ ਨੌਕਰੀ ਕੀਤੀ ਉਸਨੇ ਜਿਹੜੀ ਖੋਹ ਦਿੱਤੀ ਉਸਦੇ ਅਧਿਆਪਕ ਨੇ ਉਸਦੀ ਲਈ ਅਫਸੋਸ ਸੀ ਕਿ ਅਸੀਂ ਉਸਦੀ ਮਾਇੂਸੀ ਹਾਲਤ ਤੇ ਉੱਪਰ ਦੋਸਤੋ ਤਰਸ दे हाँ ठीक है जी तो इस आंसर है बाकी दोस्तों पाबी दी आह हाँ देख सौ यह एक्सप्लेनेशन दी हुई है इतने तो लैके चंकी तरह देख लो आह हाँ देख लो एक्सप्लेनेशन भी दी हुई है तो हूँ दोस्तों अपना अगला प्रश्न की है राइट द थीम ऑफ द चैप्टर द स्टोरी ऑफ माई लाइफ ठीक है जी यानी कि दोस्तों द स्टोरी ऑफ माई लाइफ का यह अद्याय दगा वा थीम की है तो दोस्तों आह लिखो तो दोस्तों आंसर देखो आह अभी लभ्या हुआ है तो आ रहा दोस्तों ठीक है जी देखो दिस लैसन इज बेस्ड ऑन द आई ऑन द थीम दैट इवन अ ब्लाइंड एंड द डिफ कैन लीड अ फुलर एंड मोर एडवेंचरस लाइफ ठीक है जी यह पार्ट इस विषय से दोस्तों आधारित है कि अंधे आँधे बोले भी पूरा जीवन बिता सकते हैं ठीक है तो अगे दोस्तों की लिखा हाँ जी अगे है दोस्तों मतलब जीवन बिता सकते हैं जे कोई प्रभावशाली व्यक्ति अपंग भी होनी कि दोस्तों uh, गिफ्टेड पर्सन इवन इफ ही इज हैंडीकैप्ट कैन मेक अ वर्थवाइल कॉन्ट्रीब्यूशन टू द सोसाइटी टू द वर्ल्ड ठीक है जी मतलब दोस्तों की है जे कोई प्रभावशाली व्यक्ति अपंग भी हो समाज और संसार में एक चंगा योगदान दे सकता है ठीक है जी हैलन कैलर वाज हाँ देखो हैलन कैलर वाज सच परसन हैलन कैलर एक इस तरह की औरत सी ਠੀਕ ਹੈ ਦੇਸਪਾਈਟ ਬੀਂਗ ਅ ਬਲਾਈਂਡ ਐਂਡ ਡੈਫਰ ਸ਼ੀ ਹੈਡ ਅ ਰਿਮਾਰਕਬਲ ਗਿਫਟ ਫੋਰ ਕਮਿਊਨੀਕੇਸ਼ਨ ਠੀਕ ਹੈ ਜੀ ਤਾਂ ਅੰਦੇ ਅਤੇ ਬੋਲੇ ਹੋਣ ਦੇ ਬਾਵਜੂਦ ਵੀ ਉਸ ਦੇ ਕੋਲ ਸੰਚਾਰ ਕਰਨ ਦਾ ਅਲੌਕਿਕ ਤੋਫਾ ਸੀ ਆ ਟੀਚਰ ਨੇਮ ਐਨੀ ਸੋਲੇਵਨ ਕਮ ਟੂ ਟੀਚ ਹਰ ਐਂਡ ਟੂ ਰਿਵੈਲ ਟੂ ਹਰ ਮਿਸਟਰੀ ਆਫ ਅ ਲੈਂਗੁਏਜ ਠੀਕ ਹੈ ਜੀ ਇੱਕ ਟੀਚਰ ਜਿਸ ਦਾ ਨਾਮ ਦੋਸਤੋ ਐਨੀ ਸੋਲੇਵਨ ਸੀ ਉਹ ਹੈਲਨ ਕਲਰ ਨੂੰ ਪੜਾਉਣ ਲਈ ਉਸ ਆਈ ਠੀਕ ਹੈ ਜੀ ਉਸਨੇ ਜਿਹੜਾ ਹੈਗਾ ਵਾ ਭਾਸ਼ਾ ਦਾ ਜਿਹੜਾ ਹੈਗਾ ਭੇਦ ਖੋਲਣ ਲਈ ਉਸ ਕੋਲ ਆਈ ਠੀਕ ਹੈ ਜੀ ਹੈਲਨ ਕਲਰ ਦੀ ਟੀਚਰ ਤੇ ਅੱਗੇ ਦੋਸ हर टीचर बिगन टू टीच हाँ जी बिगन टू टीच हर कम्युनिकेट बाय स्पेलिंग वर्ड्स इन टू हर हैंड शी रोट हर ऑटोबायोग्राफी द स्टोरी ऑफ माई लाइफ ठीक है जी मतलब दोस्तों की है ਜਿਹੜੀ ਇੱਕ ਜਿਹੜੀ ਆ ਦੋਸਤੋ ਹੈਲਨ ਕਲਰ ਨੂੰ ਪੜਾਉਣ ਲਈ ਉਸਦੇ ਪਿਤਾ ਪਾਸ਼ਾ ਦਾ ਉਸਨੇ ਪੇਧ ਖੋਲਿਆ ਐਨੀ ਸੁਲਵਾਨ ਨੇ ਉਸਨੇ ਇਸੇ ਤਰ੍ਹਾਂ ਦੋਸਤੋ ਉਸਦੇ ਹੱਥਾਂ ਤੇ ਕਿਸੇ ਸ਼ਬਦ ਦਾ ਸਪੈਲਿੰਗ ਕਰਕੇ ਹੈਲਨ ਕੀਤਾ ਹੈਲਨ ਕਲਰ ਨੇ ਆਪਣੀ ਜੀਵਨ ਦੀ ਕਥਾ ਲਿਖੀ ਜਿਸ ਦਾ ਨਾਮ ਸੀਗਾ ਦੋਸਤੋ ਆਪਣਾ ਦ ਸਟੋਰੀ ਆਫ ਮਾਈ ਲਾਈਫ ਠੀਕ ਹੈ ਜੀ ਤੇ ਅੱਗੇ ਲਿਖਿਆ ਦੋਸਤੋ ਆਪਣਾ ਬਿਫੋਰ ਹਰ ਐਜੂਕੇਸ਼ਨ ਸ਼ੀ ਵਾਸ ਲਾਈਕ ਅ ਸ਼ਿਪ ਸ਼ਟ ਇਨ ਅ ਥਿਕ ਫੌਗ ਠੀਕ ਹੈ ਜੀ ਤਾਂ ਦੋਸਤੋ ਕੀ ਹੈ ਹਾਂਜੀ ਜਿਹੜੀ ਦੋਸਤੋ ਬਹੁਤ ਹੀ ਜ਼ਿਆਦਾ ਆਪਣੀ ਜੀਵਨ ਦੀ ਕਥਾ ਉਸ ਨੇ ਲਿਖੀ ਆਪਣੀ ਸਿੱਖਿਆ ਤੋਂ ਪਹਿਲਾਂ ਦੋਸਤੋ ਹੈਲਨ ਕਲਰਿਕ ਜਹਾਜ਼ ਦੀ ਤਰਾਸੀ ਜਿਹੜਾ ਦੋਸਤੋ ਬਹੁਤ ਜ਼ਿਆਦਾ ਧੁੰਦ ਵਿੱਚ ਬੰਦ ਹੋਵੇ ਇਸ ਦਾ ਇਹ ਮਤਲਬ ਹੈ ਅੱਗੇ ਦੋਸਤੋ ਹਰ ਟੀਚਰਸ ਐਫਰਟਸ ਐਂਡ ਹਰ ਔਨ ਵਿਲਿੰਗਨੈਸ ਟੂ ਲਰਨ ਰਿਵੈਲਡ ਦ ਮਿਸਟਰੀ ਆਫ ਲੈਂਗੁਏਜ ਠੀਕ ਹੈ ਜੀ ਯਾਨਕੀ ਉਸ ਦੀ ਟੀਚਰ ਦੀਆਂ ਕੋਸ਼ਿਸ਼ਾਂ ਅਤੇ ਦੋਸਤੋ ਸਿੱਖਣ ਦੇ ਲਈ ਉਸ ਦੀ ਜਿਹੜੀ ਹੈਗੀ ਰਜ਼ਾਮੰਦੀ ਨੇ ਉਸ ਦੇ ਭਾਸ਼ਾ ਦੇ ਪੇਦ ਖੋਲ ਦਿੱਤੇ ਠੀਕ ਹੈ ਜੀ ਤੇ ਅੱਗੇ ਲਿਖਿਆ ਹੋਇਆ ਦੋਸਤੋ ਆਪਣਾ ही हर लाइफ प्रूफ्स द स्ट्रेंथन ऑफ प्रूबर दैत् दैत् द वइंड एंड द वेदर आर आलवेज ऑन द साइड ऑफ एप्लेस्ट नेवली हाँ जी नैविगेटर ठीक है जी मतलब दोस्तों यही आ कि उसका जीवन इस कहावत की सच्चाई सिद्ध जरा करती है कि हवा के मौसम सारिया तो काबिल जहाज राणी रस्ता दिखाने वाले दे ठीक है जी है इस आंसर हो गया तो हूँ दोस्तों अपना अगला देखते हैं अगला प्रश्न दोस्तों की है देखो इतने जी, what is, हाँ जी वट हाँ the जी की दोस्तों राइट द थीम ऑफ द लैसन द स्कूल फॉर सिंपथी ठीक है जी यानी कि दोस्तों द स्कूल फॉर सिंपथी का जोड़ा है थीम लिखना वा तो दोस्तों देखो किए का प्रश्न का आंसर तो आह देखो आही अपना प्रश्न है तो देखो दोस्तों ਟਰੈਡੀਸ਼ਨਲ অর ਕਨਵੈਨਸ਼ਨਲ ਐਜੂਕੇਸ਼ਨ 기ਵਨ ਇਨ ਦਾ ਸਕੂਲ ਠੀਕ ਹੈ ਜੀ ਸਕੂਲਾਂ ਵਿੱਚ ਦੋਸਤੋ ਦਿੱਤੀ ਜਾਣ ਵਾਲੀ ਜਿਹੜੀ ਆਪਣੀ ਪਰੰਪਰਾਗਤ ਸਿੱਖਿਆ ਅਦਰਸ਼ ਨਹੀਂ ਹੈ ਠੀਕ ਹੈ ਜੀ ਅੱਗੇ ਹੈ ਦੋਸਤੋ ਆਪਣਾ ਇਟ ਗਿਵਸ ਇਨਫੋਰਮੇਸ਼ਨ ਆਫ ਫੈਕਟਸ ਯਾਨੀ ਕਿ ਦੋਸਤੋ ਕੀ ਹੈ ਇਹ ਤੱਥਾਂ ਦੀ ਸੂਚਨਾ ਦਿੰਦੀ ਹੈ ਤੇ ਇਟ ਇਨੇਬਲਸ ਅ ਪਰਸਨ ਟੂ ਅਰਨ ਲਿਵਿੰਗ ਇਹ ਮਨੁੱਖ ਨੂੰ ਆਪਣੀ ਜੀਵਿਕਾ ਕਮਾਉਣ ਯੋਗ ਬਣਾਉਂਦੀ ਹੈ ਤੇ ਇਨ in addition to the normal subject the student of miss beam ideal school were also lesson on humanity and citizenship ठीक है मतलब दोस्तों कि ये कि आम विषय तो अलावा इस स्कूल ਦੇ ਵਿਦਿਆਰਥੀਆਂ ਨੂੰ ਮਨੁੱਖਤਾ ਤੇ ਨਗਰਤਾ ਦੇ ਜਿਹੜੇ ਹੈਗੇ ਪਾਠ ਪੜਾਏ ਜਿਹੜੇ ਹੈਗੇ ਆ ਜਾਂਦੇ ਸਨ ठीक है, है जी ਤੇ ਅੱਗੇ ਦੋਸਤੋ ਹਰ ਸਟੂਡੈਂਟਸ ਗੈਟ ਰੀਅਲ ਅੰਡਰਸਟੈਂਡਿੰਗ ਆਫ ਮਿਸਫੋਰਚਨ ਡਿਊਰਿੰਗ a ਟ੍ਰੇਨਿੰਗ ਐਵਰੀ ਚਾਈਲਡ ਹੈਡ ਵਨ ਬਲਾਈਂਡ ਡੇ ਵਨ ਡਿਫ ਡੇ ਐਂਡ ਵਨ ਡੰਮ ਡੇ ঠিক ਹੈ ਜੀ ਯਾਨੀ ਕਿ ਦੋਸਤੋ ਡਿਊਰਿੰਗ ਦਾ ਬਲਾਈਂਡ ਡੇ देयर ਆਈਸ ਬਰ ਬੈਂਡੇਜ ਠੀਕ ਹੈ ਜੀ ਇੱਥੇ ਵਿਦਿਆਰਥੀਆਂ ਨੂੰ ਉਸ ਤੋਂ ਮੰਦੇ ਭਾਗਾਂ ਦੀ ਅਸਲੀ ਜਾਣਕਾਰੀ ਦਿੱਤੀ ਜਾਂਦੀ ਸੀ ਸਿਖਲਾਈ ਦੇ ਦੌਰਾਨ ਦੋਸਤੋ ਹਰ ਬੱਚੇ ਦਾ ਇੱਕ ਅੰਨੇ ਹੋਣ ਦਾ ਦਿਨ ਠੀਕ ਹੈ ਜੀ ਇੱਕ ਦਰ ਜਿਹੜਾ ਹੈਗਾ ਬੋਲੇ ਹੁੰਦਾ ਦਿਨ ਅਤੇ ਇੱਕ ਗੁੰਗੇ ਹੋਣ ਦਾ ਦਿਨ ਹੁੰਦਾ ਸੀ ਠੀਕ ਹੈ ਜੀ ਤੇ ਅੰਨੇ ਹੋਣ ਦੇ ਦਿਨ ਦੌਰਾਨ ਦੋਸਤੋ ਉਹਨਾਂ ਦੀਆਂ ਅੱਖਾਂ ਵਿੱਚ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਸੀ ਠੀਕ ਹੈ ਤੇ ਅੱਗੇ ਲਿਖਿਆ ਹੋਇਆ ਆਪਣਾ the bandage was also put during the night matlab dosto ki unadiyan jehdiyan kene anne honde duran dosto unadiyan akhan te patti jehdi hai band ditti jandi si te patti raat nu bhi dosto band ditti jandi si raat nu bhi night de vich bhi by being a blind for a day child realized what misfortune theek hai ji te agge likha it was to be blind in the same way children learned children learned the difficulties of the diff and the dumb people ਠੀਕ ਹੈ ਜੀ ਮਤਲਬ ਦੋਸਤੋ ਇੱਕ ਦਿਨ ਜਿਹੜਾ ਹੈਗਾ ਵਾ ਅੰਨੇ ਬਣੇ ਰਹਿਣ ਤੋਂ ਬੱਚੇ ਮੈਨੂੰ ਮਹਿਸੂਸ ਹੁੰਦਾ ਸੀ ਕਿ ਅੰਨਾ ਹੋਣਾ ਕਿੰਨਾ ਜਿਹੜਾ ਹੈਗਾ ਵਾ ਔਖਾ ਹੈ ਠੀਕ ਹੈ ਜੀ ਕਿੰਨਾ ਮਤਲਬ ਮੁਸ਼ਕਿਲ ਹੈ ਕਿੰਨਾ ਕਠਿਨ ਹੈ ਇਸੇ ਤਰ੍ਹਾਂ ਦੋਸਤੋ ਬੱਚੇ ਨੂੰ ਜਿਹੜੇ ਹੈਗੇ ਆ ਗੁੰਗੇ ਤੇ ਬੋਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਹੈਗਾ ਵਾ ਪਤਾ ਲੱਗਦਾ ਸੀ ਠੀਕ ਹੈ ਜੀ ਤਾਂ ਇਹ ਦੋਸਤੋ ਅਜ ਦਾ ਆਨਸਰ ਹੋ ਗਿਆ ਹੁਣ ਅਗਲਾ ਦੋਸਤੋ ਦੇਖੋ ਪ੍ਰਸ਼ਨ ਕੀ ਹੈ ये हो गया हाँ जी अगला है दोस्तों गिव अ ब्रीफ करैक्टर स्कैच ऑफ चंदू ठीक है जी तो चंदू का जो है करैक्टर स्कैच करना वा तो दोस्तों चलो देखते हैं आ, आ देखो दोस्तों गिव अ ब्रीफ करैक्टर स्कैच ऑफ चंदू ठीक है जी चंदू का जो है पात्र चित्रण तो देखो दोस्तों की है चंदू इज़ अ बारबर बॉय ऑफ द नरेटर विलेज चंदू दोस्तों कहानीकार के पिंड के नाई द लड़का है ठीक है जी ही इज़ अ मेन करैक्टर ऑफ द स्टोरी ठीक है जी मतलब दोस्तों वो कहानी का जोड़ा है मुख्य पात्र है अगे है दोस्तों ही इज़ अ क्लोज फ्रेंड ऑफ अ नरेटर ਮਤਲਬ ਉਹ ਪੱਕਾ ਮਿੱਤਰ ਹੈ ਠੀਕ ਹੈ ਜੀ ਕਹਾਣੀਕਾਰ ਦਾ ਤੇ ਅੱਗੇ ਦੋਸਤੋ ਦਾ ਨਰੇਟਰ ਕਾਲ ਹਿਮਸ ਵਨ ਆਫ ਦਾ ਮੇਕਰਸ ਆਫ ਮਾਡਰਨ ਇੰਡੀਆ ਠੀਕ ਹੈ ਜੀ ਕਹਾਣੀਕਾਰ ਉਸ ਨੂੰ ਜਿਹੜਾ ਹੈਗਾ ਆਧੁਨਿਕ ਭਾਰਤ ਦੇ ਨਿਰਮਾਤਾ ਵਿੱਚੋਂ ਇੱਕ ਸਮਝਦਾ ਹੈ ਠੀਕ ਹੈ ਜੀ ਹੀ ਆਰਗੇਨਾਈਜ਼ ਬਾਰਬਰਸ ਇਨਟੂ ਯੂਨੀਅਨ ਠੀਕ ਹੈ ਜੀ ਉਹ ਨਾਈਆਂ ਦੇ ਯੂਨੀਅਨ ਦਾ ਆਯੋਜਨ ਕਰਦਾ ਹੈ ਹੀ ਸਟਾਪਸ ਗੋਇੰਗ ਟੂ ਪੀਪਲਸ ਹੋਮ ਟੂ ਗਿਵ ਥੈਮ ਹੇਅਰ ਕਟ অর ਸ਼ੇਵ ਬੀਅਰਡਸ ਹੀ ਰਿਫਿਊਜ਼ ਟੂ ਡਾਂਸ ਟੂ ਦਾ ਟਿਊਨ ਆਫ ਦਾ ਅਪਰ ਕਾਸਟ ਪੀਪਲ ਠੀਕ ਹੈ ਜੀ ਮਤਲਬ ਦੋਸਤੋ ਉਹ ਨਾਈਆਂ ਦੀ ਯੂਨੀਅਨ ਦਾ ਅਨੁਯੋਜਨ ਕਰਦਾ ਹੈ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਲਈ ਦੋਸਤੋ ਨਾਈ ਦਾ ਕੰਮ ਕਰਨ ਤੋਂ ਨਾ ਕਰ ਦਿੰਦਾ ਹੈ ਉਹ ਉੱਚ ਜਾਤੀ ਦੇ ਲੋਕਾਂ ਦੇ ਇਸ਼ਾਰਿਆਂ ਤੇ ਨੱਚਣ ਤੋਂ ਜਿਹੜਾ ਹੈਗਾ ਦੋਸਤੋ ਮਨਾ ਕਰਦਾ ਹੈ ਤੇ ਅੱਗੇ ਦੋਸਤੋ ਦੇਖੋ ਕੀ ਲਿਖਿਆ ਇਹਨਾਂ ਨੇ ਹਾਂਜੀ ਚੰਦੂ ਇਸ ਦਾ ਨਰੇਟਰ ਸੀਨੀਅਰ ਠੀਕ ਹੈ ਚੰਦੂ ਇਸ ਦਾ ਨਰੇਟਰ ਸੀਨੀਅਰ ਮਤਲਬ ਦੋਸਤੋ ਚੰਦੂ ਕਹਾਣੀਕਾਰ ਤੋਂ ਵੱਡਾ ਹੈ ਠੀਕ ਹੈ ਜੀ ਯਾਨੀ ਕਿ ਦੋਸਤੋ ਜਿਹੜਾ ਚੰਦੂ ਹੈ ਉਹ ਵੱਡਾ ਹੈ ਤੇ ਜਿਹੜਾ ਕਹਾਣੀਕਾਰ ਹੈ ਦੋਸਤੋ ਉਹ ਛੋਟਾ ਹੈ ਠੀਕ ਹੈ ਤੇ ਅੱਗੇ ਹੈ ਦੋਸਤੋ ਆਪਣਾ ਹੀ ਟੇਕਸ ਲੀਡ ਇਨ ਆਲ ਮੈਟਰ ਠੀਕ ਹੈ ਜੀ ਉਹ ਸਾਰੇ ਮਾਮਲਿਆਂ ਵਿੱਚ ਅਗਵਾਈ ਕਰਦਾ ਹੈ ਠੀਕ ਹੈ ਜੀ ਹੀ ਇਜ਼ ਵੈਰੀ ਫੌਂਡ ਆਫ ਹਿਸ ਵੌਇਸਿਸ ਵੌਇਸੀ ਮਿਸਟੇਕਸ ਠੀਕ ਹੈ ਜੀ ਯਾਨੀ ਕਿ ਦੋਸਤੋ ਇਹ ਜਿਹੜਾ ਹੈਗਾ ਵਾ ਲੜਕਪਨ ਵਾਲੀਆਂ ਸ਼ਰਾਰਤਾਂ ਕਰਦਾ ਹੈ ਹੀ ਲਾਈਕ ਕੈਚਿੰਗ ਬਾਸਪਸ ਠੀਕ ਹੈ ਜੀ ਉਹ ਦੋਸਤੋ ਤਮੂੜੇ ਜਿਹੜੇ ਨਹੀਂ ਹੁੰਦੇ ਤਮੂੜੇ ਤਮੂੜਿਆਂ ਨੂੰ ਦੋਸਤੋ ਫੜਨਾ ਉਹ ਪਸੰਦ ਕਰਦਾ ਹੈ then he takes out of the poison from their tails ਠੀਕ ਹੈ ਜੀ ਫਿਰ ਉਹ ਉਹਨਾਂ ਤੋਂ ਜਿਹੜਾ ਹੈਗਾ ਜ਼ਹਿਰ ਨਿਕਾਲਦਾ ਹੈ he makes them fly ਟਾਇੰਗ देयर ਲੈਗਸ ਵਿਦ ਅ ਥ੍ਰੈਡ ਠੀਕ ਹੈ ਜੀ ਉਹਨਾਂ ਦੀਆਂ ਟੰਗਾਂ ਨੂੰ ਦੋਸਤੋ ਧਾਗੇ ਨਾਲ ਬੰਨ ਕੇ ਉਹਨਾਂ ਨੂੰ ਉਛਾਲਦਾ ਹੈ ਅੱਗੇ ਹੈ ਦੋਸਤੋ ਦਾ ਨਰੇਟਰ ਕਨਸੀਡਰ ਹਿ ਇਮ ਦਾ ਇੰਬੋਡੀਮੈਂਟ ਆਫ ਪਰਫੈਕਸ਼ਨ ਹੀ ਇਜ਼ ਐਨ ਐਕਸਪਰਟ ਐਟ ਮੇਕਿੰਗ ਕਾਈਟਸ ਆਫ ਅ ਵੇਰੀਅਸ ਡਿਜ਼ਾਈਨ ਦੇਸਪਾਈਟ ਹਿਸ ਸਕਿਲਸ ਅਦਰ ਮੈਟਰ ਹੀ ਇਜ਼ ਅ ਡਫਰ ਇਨ ਲਰਨਿੰਗ ਠੀਕ ਹੈ ਜੀ ਕਹਾਣੀਕਾਰ ਚੰਦੂ ਨੂੰ ਜਿਹੜਾ ਹੈਗਾ ਪੂਰਨਤਾ ਦਾ ਜਿਹੜਾ ਹੈਗਾ ਸਰਕਾਰ ਸਮਝਦਾ ਹੈ ਠੀਕ ਹੈ ਜੀ ਉਹ ਕਈ ਡਿਜ਼ਾਈਨ ਵਾਲੇ ਪਤੰਗ ਬਣਾਉਣ ਵਿੱਚ ਮਾਹਿਰ ਹੈ ਦੂਸਰੇ ਮਾਮਲਿਆਂ ਵਿੱਚ प्रवीणता के बावजूद वह पढ़ाई निकम्मा है अगे दोस्तों ही इज़ अ मैंबर ऑफ अ लो कास्ट ठीक है न, जी यानी कि दोस्तों कि जोड़ा वो है ना अपना चंदू ठीक है जी वो निचली जाति का है ठीक है जी अपर कास्ट पीपल ऑफ़न एन अफ्यूज हिम एंड इनसल्टड हिम दे डिड नॉट लाइक द नरेटर ऑफ मिक्स विद हिम चंदू इज़ सेल्फ रिस्पैक्टिंग ही डिड नॉट लाइक इनसल्टड बाय अपर कास्ट पीपल ठीक है मतलब दोस्तो जग अपना ਜਿਹੜੇ ਉੱਚ ਜਾਤੀ ਦੇ ਲੋਕ ਨੇ ਅਕਸਰ ਉਸ ਨੂੰ ਜਿਹੜਾ ਹੈਗਾ ਵਾ ਗਾਲਾਂ ਕੱਢਦੇ ਤੇ ਅਪਮਾਨਿਤ ਕਰਦੇ ਸੀਗੇ ਉਹ ਨਹੀਂ ਚਾਹੁੰਦਾ ਹੈ ਕਿ ਕਹਾਣੀਕਾਰ ਉਸ ਨਾਲ ਮਿਲਜੋਲ ਰੱਖੇ ਠੀਕ ਹੈ ਜੀ ਕਿਉਂਕਿ ਦੋਸਤੋ ਚੰਦੂ ਕੀ ਹੈ ਚੰਦੂ ਸਵੈ ਆਭਿਆ ਮਤਲਬ ਸਵੈ ਅਭਿਮਾਨੀ ਠੀਕ ਹੈ ਜੀ ਯਾਨੀ ਕਿ ਸੈਲਫ ਰਿਸਪੈਕਟਿੰਗ ਹੈ ਠੀਕ ਹੈ ਜੀ ਤੇ ਉਹ ਨਹੀਂ ਚਾਹੁੰਦਾ ਹੈ ਕਿ ਉੱਚ ਜਾਤੀ ਦੇ ਲੋਕ ਉਸ ਦਾ ਅਪਮਾਨ ਜਿਹੜਾ ਹੈਗਾ ਕਰਨ ਅੱਗੇ ਹੈ ਦੋਸਤੋ ਹੀ ਡਿਸਾਈਡਡ ਟੂ ਟੀਚ देम ਠੀਕ ਹੈ ਜੀ ਹੀ ਡਿਸਾਈਡਡ ਟੂ ਟੀਚ देम ਅ ਲੈਸਨ ਠੀਕ ਹੈ ਜੀ ਮਤਲਬ ਦੋਸਤੋ ਜਿਹੜਾ ਆਪਣਾ ਚੰਦੂ ਆ ਨਾ ਠੀਕ ਹੈ ਜੀ ਉਹ ਉਸਨੇ ਉਹਨਾਂ ਨੂੰ ਜਿਹੜਾ ਹੈਗਾ ਸਬਕ ਸਿਖਾਉਣ ਦਾ ਜਿਹੜਾ ਹੈਗਾ ਫੈਸਲਾ ਕਰ ਲਿਆ ਤੇ ਅੱਗੇ ਲਿਖਿਆ ਦੋਸਤੋ ਆਪਣਾ ਹੀ ਬਾਊਟ ਅ ਸਾਈਕਲ ਹਾਂਜੀ ਹੀ ਬਾਊਟ ਅ ਬਾਈਸਾਈਕਲ ਕਿੱਥੇ ਆ ਦੋਸਤੋ ਹੀ ਬਾਊਟ ਅ ਬਾਈਸਾਈਕਲ ਨਹੀਂ ਹੀ ਬਾਊਟ ਅ ਸਾਈਕਲ ਐਂਡ ਸਟਾਰਟਡ ਸੇਵਿੰਗ ਪੀਪਲ ਇਨ ਦਾ ਟਾਊਨ ਠੀਕ ਹੈ ਜੀ ਤਾਂ ਦੋਸਤੋ ਉਸਨੇ ਜਿਹੜਾ ਹੈਗਾ ਇੱਕ ਸਾਈਕਲ ਖਰੀਦਿਆ ਤੇ ਨਗਰ ਦੇ ਲੋਕਾਂ ਦੀ ਹਜਮਤ ਜਿਹੜੀ ਹੈਗੀ ਆਪਣੀ ਬਣਾਣੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਤੇ आगे okay, की लिखा दोस्तों उन्होंने ही अ बारबर शॉप ठीक है उसने दोस्तों नाई दी दुकान खोल लई ही ऑर्गेनाइज सम बारबर इन द विलेज इन टू ठीक है जी उसने जोड़ा है पिंड नाइया का एक यूनियन स्थापित कर लिया ठीक है जी तो उस दे स्टॉप गोइंग टू द पीपल होम्स फॉर हेयर कटिंग एंड शेविंग ठीक है जी उन्हें जोड़ा है लोगों ਦੀਆਂ ਦੁਕਾਨਾਂ ਹੁੰਦੇ ਆਉਣ ਲਈ ਮਜਬੂਰ ਕੀਤਾ ਮਤਲਬ ਤੇ ਉਹ ਨਾਇਆ ਜਿਹੜੇ ਸੀਗੇ ਠੀਕ ਹੈ ਜੀ ਉਹ ਲੋਕਾਂ ਦੇ ਘਰ ਹਜਾਮਤ ਅਤੇ ਸ਼ੇਬ ਆਦ ਦੇ ਲਈ ਜਣਵਾ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਸਟਾਪ ਕਰਤਾ ਸੀ ਉਹਨਾਂ ਨੇ ਠੀਕ ਹੈ ਜੀ ਇੱਥੇ ਲਿਖਿਆ ਹੈ ਨਾ ਦੋਸਤੋ ਆਪਣਾ ਹਾਂਜੀ ਦੇ ਸਟਾਪ ਕਰਤਾ ਸੀ ਤੇ ਅੱਗੇ ਲਿਖਿਆ ਦੋਸਤੋ ਦੇ ਫੋਰਸਡ ਦਾ ਪੀਪਲ ਕਮ ਟੂ देयर ਸ਼ਾਪ ਵਾਇਡ ਮਾਇਰ ਚੰਦੂ ਫੋਰ ਹਿਸ ਸਕਿੱਲ ਐਂਟਰਪ੍ਰਾਈਜ਼ ਠੀਕ ਹੈ ਜੀ ਯਾਨੀ ਕਿ ਦੋਸਤੋ ਉਹਨਾਂ ਨੇ ਜਿਹੜਾ ਕਿ ਲੋਕਾਂ ਉਹਨਾਂ ਦੀ ਦੁਕਾਨ ਉਤੇ ਆਨਲੀ ਮਜਬੂਰ ਕੀਤਾ ਉਹਨਾਂ ਨੇ ਲੋਕਾਂ ਨੂੰ ਠੀਕ ਹੈ ਜੀ ਉਹਨਾਂ ਦੀ ਮਤਲਬ ਚੰਦੂ ਦੀ ਦੁਕਾਨਾਂ ਉਤੇ ਨਾਈ ਦੀ ਦੁਕਾਨਾਂ ਉਤੇ ਆਨਲੀ ਉਸੇ ਨੂੰ ਮਜਬੂਰ ਕੀਤਾ ਅਸੀਂ ਚੰਦੂ ਦੀ ਜਿਹੜੀ ਹੈ ਉਦਮਸ਼ੀਲਤਾ ਯੁਕਤਾ ਲਈ ਉਸ ਦੀ ਪ੍ਰਸ਼ੰਸਾ ਕਰਦੇ ਹਾਂ ਠੀਕ ਹੈ ਜੀ ਤਾਂ ਇਹ ਇੱਥੇ ਹੀ ਲਿਖਿਆ ਹੋਇਆ ਹੈ ਵਾਕੀ ਪੰਜਾਬੀ ਦੇ ਵਿੱਚ ਤੁਸੀਂ ਇਸ ਨੂੰ ਰੀਡ ਕਰ ਲਓ ਆ ਦੇਖੋ ਪੂਰਾ ਆਨਸਰ ਦੋਸਤੋ ਪੰਜਾਬੀ ਦੇ ਵਿੱਚ ਵੀ ਇੰਨਾ ਕਾਹੀ ਹੇਗਾ ਵਾ ਪੂਰਾ ਪੰਜਾਬੀ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਵਾ ਤਾਂ ਦੋਸਤੋ ਇਹ ਤੁਹਾਡਾ ਆਨਸਰ ਹੋ ਗਿਆ ਚੰਦੂ ਦਾ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸ ਦਈਏ ਹਾਂਜੀ ਤਾਂ ਹੋਰ ਕੁਝ ਵੀ ਨਹੀਂ ਹੈ ਇੱਥੇ ਦੋਸਤੋ ਇਹ ਆਪਣਾ ਪੇਪਰ ਪੂਰਾ ਹੀ ਸੋਲਵ ਹੋ ਗਿਆ ਦੋਸਤੋ ਜੋ ਕਿ ਜਰਨਲ ਇੰਗਲਿਸ਼ ਦਾ ਕਲਾਸ 12ਵੀਂ ਦਾ ਕੱਲ ਪੇਪਰ ਹੋਣ ਜਾ ਰਿਹਾ ਹੈ ਤਾਂ ਦੋਸਤੋ ਅਸੀਂ ਤੁਹਾਨੂੰ ਇਹ ਇੱਕ ਪਿਛਲੇ ਸਾਲ ਦਾ ਪੇਪਰ ਸੀਗਾ ਪੂਰਾ ਸੋਲਵ ਕਰਾ ਦਿੱਤਾ ਵਾ ਠੀਕ ਹੈ 2017 ਦਾ ਤਾਂ ਦੋਸਤੋ 2017 ਦਾ ਵੀ ਅਸੀਂ ਸੋਲਵ ਕਰ ਲਿਆ 2018 ਦਾ ਵੀ ਕਰ ਲਿਆ ਬੋਰਡ ਦਾ ਪੇਪਰ 2019 ਦਾ ਵੀ ਅਸੀਂ ਕਰ ਚੁੱਕੇ ਹਾਂ 2023 ਦਾ ਦੋ ਕਰ ਲਿਆ ਵਾ ਤੇ ਸ਼ਾਂਤੀ ਗੈਸ ਪੇਪਰ ਸ਼ਾਂਤੀ ਗੈਸ ਪੇਪਰ 2023 ਦਾ ਉਹ ਵੀ ਪੂਰਾ ਸੋਲਵ ਕਰਾ ਕੇ ਤੁਹਾਨੂੰ ਰਿਵੀਜ਼ਨ ਕਰਾ ਦਿੱਤੀ ਆ ਇਹ ਸਾਰੀਆਂ ਹੀ ਚੀਜ਼ਾਂ ਮੈਂ ਪਹਿਲਾਂ ਹੀ ਕਰਾ ਚੁੱਕਿਆ ਵਾ ਜਿਨ੍ਹਾਂ ਨੇ ਨਹੀਂ ਦੇਖਿਆ ਨੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਦਿੱਤਾ ਹੋਇਆ ਵਾ ਤੁਸੀਂ ਜਾ ਕੇ ਉਸ ਨੂੰ ਦੇਖ ਲਓ ਠੀਕ ਹੈ ਜੀ ਤਾਂ ਦੋਸਤੋ 올 द बेस्ट ਕੱਲ ਦੇ ਤੁਹਾਡੇ ਐਗਜ਼ਾਮ ਦੇ ਲਈ ਠੀਕ ਹੈ ਜੀ ਵਧੀਆ ਤੋਂ ਐਗਜ਼ਾਮ ਦੇ ਕੇ ਆਇਓ ਬਾਕੀ ਅਗਰ ਤੁਹਾਡੀ ਕੋਈ ਕੁਐਰੀ ਆ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਇਸ ਟਾਈ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ